this series on encountering the living Lord, ਅਸੀਂ ਜਦੋਂ ਇਸ ਸੀਰੀਜ਼ ਵਿੱਚ ਜਾ ਰਹੇ ਹਾਂ ਜਿਹਦੇ ਵਿੱਚ ਪ੍ਰਭੂ ਦਾ ਜੋ ਸਾਹਮਣਾ ਕਰਦੇ ਹਨ, we have been looking at a number of instances in which Jesus appears after his resurrection. ਅਸੀਂ ਉਹਨਾਂ ਗੱਲਾਂ ਨੂੰ ਦੇਖਿਆ ਸੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਜ਼ਿੰਦਾ ਹੋ ਉੱਠਣ ਤੋਂ ਬਾਅਦ ਦਿਖਾਈ ਦਿੱਤੇ ਗਏ. And why is he appearing to them? ਤੇ ਉਹ ਉਹਨਾਂ ਨੂੰ ਕਿਉਂ ਦਿਖਾਈ ਦਿੰਦੇ ਸੀਗੇ? Because these disciples know, they have heard that Jesus has been risen from the dead. ਕਿਉਂਕਿ ਇਹਨਾਂ ਚੇਲਿਆਂ ਨੂੰ ਪਤਾ ਸੀ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਗਏ ਨੇ. But they don't know what to make of it. ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਹੁਣ ਕੀ ਕਰਨ. And therefore Jesus is choosing particular instances in which he appears alive to them. ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕੁਝ ਖਾਸ ਤਰ੍ਹਾਂ ਦੇ ਸਮੇਂ ਚੁਣੇ ਕਿ ਉਹਨਾਂ ਨੂੰ ਉਹਨਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕਰਨ. ਐਂਡ ਇਨ ਦਿਸ ਸੀਰੀਜ਼ ਟੁਡੇ, ਇਨ ਦ ਥਰਡ ਪਾਰਟ ਆਫ ਦਿਸ ਸੀਰੀਜ਼, ਇਸੇ ਸੀਰੀਜ਼ ਦੇ ਅੱਜ ਤੀਜੇ ਪਾਰਟ ਦੇ ਵਿੱਚ, ਵੀ ਹੈਵ ਅ ਵੈਰੀ ਇੰਟਰਸਟਿੰਗ ਐਨਕਾਊਂਟਰ ਵਿਦ ਦ ਲਿਵਿੰਗ ਲਾਰਡ. ਅੱਜ ਉਸ ਜ਼ਿੰਦਾ ਪਰਮੇਸ਼ਵਰ ਨਾਲ ਇੱਕ ਵਾਰ ਫਿਰ ਬਹੁਤ ਦਿਲਚਸਪ ਜੋ ਹੈ ਉਹ ਮੁਲਾਕਾਤ ਹੋਵੇਗੀ. ਐਂਡ ਦਿਸ ਐਨਕਾਊਂਟਰ ਵਿਦ ਦ ਲਿਵਿੰਗ ਲਾਰਡ, ਇਹ ਪਰਮੇਸ਼ਵਰ ਦਾ ਜੋ ਸਾਹਮਣਾ ਹੈ, ਹੈਪਨਡ ਐਟ ਦ ਫਿਸ਼ ਬਾਰਬੇਕਿਊ ਦੈਟ ਹੀ ਥਰੂ ਐਟ ਲੇਕ ਔਨ ਲੇਕ ਟਿਬੇਰੀਅਸ. ਇੱਕ ਝੀਲ ਦੇ ਉੱਤੇ ਜਿਹੜੀ ਤਿਬੇਰੀਅਸ ਦੀ ਝੀਲ ਸੀ ਉਸ ਦੇ ਉੱਤੇ ਇੱਕ ਬਾਰਬੀਕਿਊ ਕਰਦੇ ਹਨ. ਨਾਓ ਡੂ ਯੂ ਲਾਈਕ ਬਾਰਬੀਕਿਊ? ਕੀ ਤੁਹਾਨੂੰ ਬਾਰਬੀਕਿਊ ਪਸੰਦ ਹੈ? ਜੀਸਸ ਆਲਸੋ ਲਵਡ ਬਾਰਬੀਕਿਊ. ਤਾਂ ਪ੍ਰਭੂ ਯਿਸੂ ਮਸੀਹ ਨੂੰ ਬਾਰਬੀਕਿਊ ਪਸੰਦ ਹੈ. ਆਈ ਕਾਂਟ ਟੈਲ ਯੂ ਹਾਊ ਹੈਪੀ ਆਈ ਐਮ. ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ. ਦੈਟ ਜੀਸਸ ਨਾਟ ਓਨਲੀ ਲਵਸ ਬਾਰਬੀਕਿਊ. ਪ੍ਰਭੂ ਯਿਸੂ ਮਸੀਹ ਕੇਵਲ ਬਾਰਬੀਕਿਊ ਪਸੰਦ ਹੀ ਨਹੀਂ ਕਰਦੇ, ਬਟ ਹੀ ਆਲਸੋ ਨੋਸ ਹਾਊ ਟੂ ਥਰੋ ਅ ਬਾਰਬੀਕਿਊ. ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਬਾਰਬੀਕਿਊ ਕਿੱਦਾਂ ਕਰਨਾ ਹੈ. ਐਂਡ ਹੀ ਐਂਡ ਐਸ ਆਈ ਟੋਲਡ ਅਰਲੀਅਰ ਜੀਸਸ ਲਵਡ ਫਿਸ਼. ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਮੱਛੀ ਬਹੁਤ ਪਸੰਦ ਸੀ. ਐਂਡ ਸੋ ਹੀ ਲਵਡ ਫਿਸ਼ ਬਾਰਬੀਕਿਊ ਐਂਡ ਪ੍ਰੀਪੇਅਰਡ ਅ ਫਿਸ਼ ਬਾਰਬੀਕਿਊ ਫॉर ਹਿਸ ਡਿਸਾਈਪਲਸ. ਤਾਂ ਉਹਨਾਂ ਨੇ ਮੱਛੀ ਦਾ ਬਾਰਬੀਕਿਊ ਕੀਤਾ ਬਾਰਬੀਕਿਊ ਕੀਤਾ ਅਤੇ ਆਪਣੇ ਚੇਲਿਆਂ ਨੂੰ ਦਿੱਤਾ. ਐਂਡ ਦਿਸ ਇਨਸੀਡੈਂਟ ਆਫ ਦੀ ਅਪੀਅਰੈਂਸ ਆਫ ਜੀਸਸ, ਅਤੇ ਇਹ ਜੋ ਸੀ ਉਹਨਾਂ ਦੇ ਚੇਲਿਆਂ ਦੇ ਸਾਹਮਣੇ ਜ਼ਿੰਦਾ ਹੋ ਕੇ ਆਉਣਾ, ਇਸ ਰਿਕਾਰਡਡ ਟੂ ਅਸ ਇਨ ਜੌਨਸ ਗਾਸਪਲ ਚੈਪਟਰ 21, ਦ ਲਾਸਟ ਚੈਪਟਰ ਆਫ ਜੌਨਸ ਗਾਸਪਲ. ਇਹ ਯਹੂਨਾ ਦੀ ਜੋ ਅੰਜੀਲ ਹੈ ਉਸ ਦੇ 21ਵੇਂ ਚੈਪਟਰ ਚ, ਜਿਹੜਾ ਆਖਰੀ ਚੈਪਟਰ ਹੈ ਉਸ ਵਿੱਚ ਹੈ. Now the disciples of Jesus knew I believe about the resurrection of the Lord Jesus Christ, and still they had their doubts. ਜਿਹੜੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਸੀ ਉਹਨਾਂ ਨੂੰ ਪਤਾ ਸੀਗਾ ਕਿ ਉਹ ਜ਼ਿੰਦਾ ਹੋ ਗਏ ਨੇ, ਫਿਰ ਵੀ ਉਹਨਾਂ ਦੇ ਮਨਾਂ ਵਿੱਚ ਕੁਝ ਸ਼ੱਕ ਸੀਗੇ. So one day Jesus decides, after a couple of days after his resurrection, he decides to go to Lake Tiberias. ਆਪਣੇ ਜੀ ਉੱਠਣ ਤੋਂ ਕੁਝ ਦਿਨ ਦੇ ਬਾਅਦ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਤਿਬਰੀਆਸ ਦੀ ਝੀਲ ਤੇ ਜਾਣਾ ਚਾਹੀਦਾ ਹੈ. And John says in his chapter 21 in verse 14, ਯਹੂਨਾ ਨੇ 21 ਚੈਪਟਰ ਦੀ 14 ਵਰਸ ਵਿੱਚ ਕਿਹਾ, that Jesus one day early morning took a walk on the lake of Tiberias. ਇੱਕ ਦਿਨ ਤੜਕੇ ਹੀ ਉਹ ਉਸ ਤਿਬਰੀਆਸ ਦੀ ਝੀਲ ਦੇ ਉੱਤੇ ਗਏ. And this was the third appearance to the disciples of the living Lord Jesus Christ. ਇਹ ਤੀਜੀ ਵਾਰ ਸੀ ਜਦੋਂ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੋਣ ਤੋਂ ਬਾਅਦ ਚੇਲਿਆਂ ਨੂੰ ਦਿਖੇ. And Jesus knew where to find his disciples. ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਕਿ ਉਹਨਾਂ ਨੂੰ ਚੇਲੇ ਕਿੱਥੇ ਮਿਲਣਗੇ. And so he goes to the lake Tiberias. ਉਹ ਇਸ ਤਿਬਰੀਆਸ ਦੀ ਝੀਲ ਤੇ ਜਾਂਦੇ ਹਨ. Early morning. ਤੜਕੇ ਸਵੇਰ ਨੂੰ. And by the way, this lake Tiberias is not a new lake, it's just a different name for the Sea of Galilee or the Lake of Galilee. ਇਹ ਜਿਹੜਾ ਗਲੀਲ ਦੀ ਝੀਲ ਹੈ ਉਸ ਦਾ ਹੀ ਦੂਸਰਾ ਨਾਮ ਜੋ ਹੈ ਲੇਕ ਤਿਬਰੀਅਸ, ਉਹਨੂੰ ਝੀਲ ਤਿਬਰੀਅਸ ਕਿਹਾ ਜਾਂਦਾ ਹੈ. But in John's gospel he uses the Sea of Tiberias or instead of Lake Galilee. ਪਰ ਯਹੂਨਾ ਦੇ ਇਸ ਇਹਨਾਂ ਵਚਨਾਂ ਦੇ ਵਿੱਚ ਉਹ ਇਸ ਝੀਲ ਨੂੰ ਤਿਬਰੀਅਸ ਦੀ ਝੀਲ ਕਹਿੰਦਾ ਹੈ. Couple of things happened in this encounter with the living Lord. ਦੋ ਗੱਲਾਂ ਜਿਹੜੀਆਂ ਖਾਸ ਹੁੰਦੀਆਂ ਨੇ ਉਹ ਪ੍ਰਭੂ ਨੂੰ ਮਿਲਣ, ਜਿਹੜੇ ਜ਼ਿੰਦਾ ਪ੍ਰਭੂ ਨੂੰ ਮਿਲਦੇ ਹਨ ਉਹਨਾਂ ਦੇ ਨਾਲ. He particularly chose this moment to lead Peter, one of his beloved disciples, from denial to restoration. ਉਹਨਾਂ ਨੇ ਖਾਸ ਤੌਰ ਤੇ ਇਹ ਮੌਕਾ ਇਸ ਕਰਕੇ ਚੁਣਿਆ ਕਿ ਉਹਨਾਂ ਦਾ ਜੋ ਚੇਲਾ ਪਤਰਸ ਸੀ ਉਸਨੇ ਜਦੋਂ ਪ੍ਰਭੂ ਦਾ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਮਿਲਣ ਉਹ. ਐਂਡ ਨਾਟ ਓਨਲੀ ਹੀ ਰੈਸਟੋਰਸ ਪੀਟਰ, ਉਹ ਸਿਰਫ ਪਤਰਸ ਨੂੰ ਬਹਾਲ ਹੀ ਨਹੀਂ ਕਰਦੇ, ਬਟ ਹੀ ਆਲਸੋ ਗਿਵਸ ਹਿਮ ਅ ਹਿਊਜ ਟਾਸਕ, ਅ ਮਿਸ਼ਨ ਔਰ ਅ ਕਮਿਸ਼ਨ ਰੈਦਰ. ਉਹ ਉਸ ਨੂੰ ਇੱਕ ਬਹੁਤ ਜ਼ਰੂਰੀ ਕੰਮ ਵੀ ਕਰਨ ਨੂੰ ਦਿੰਦੇ ਨੇ. ਐਂਡ ਦੈਟ ਇਜ਼ ਟੂ ਲੀਡ ਦ ਚਰਚ that Jesus was about to inaugurate soon on the day of Pentecost. ਉਹ ਇਹ ਕੰਮ ਹੈ ਜੋ ਉਸ ਨੂੰ ਕਰਨ ਨੂੰ ਦਿੱਤਾ ਗਿਆ ਕਿ ਉਹਨਾਂ ਨੇ
ਜੋ ਚਰਚ ਬਣਾਉਣਾ ਸੀ ਉਸ ਨੂੰ ਸ਼ੁਰੂ ਕਰਨ ਦਾ ਕੰਮ ਸੀ। Now this incident is very very significant if you look at the background of Peter. ਇਹ ਜਿਹੜੀ ਗੱਲਬਾਤ ਹੈ ਬਹੁਤ ਜ਼ਰੂਰੀ ਹੈ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਪਤਰਸ ਨਾਲ ਕੀ ਹੋਇਆ ਸੀ। So the first thing we learn about the encounter of the Lord Jesus Christ. ਪਹਿਲੀ ਗੱਲ ਜੋ ਅਸੀਂ ਸਿੱਖੀ ਕਿ ਜਦੋਂ ਜ਼ਿੰਦਾ ਪ੍ਰਭੂ ਦਾ ਸਾਹਮਣਾ ਹੁੰਦਾ ਹੈ that he goes after he pursues those people who have failed him and who are dejected. ਕਿ ਉਹ ਉਹਨਾਂ ਲੋਕਾਂ ਦਾ ਪਿੱਛਾ ਕਰਦਾ ਹੈ ਜਿਹੜੇ ਫੇਲ ਹੋ ਚੁੱਕੇ ਨੇ ਜਾਂ ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾਂਦਾ। Remember all of these disciples had left Jesus in garden of Gethsemane. ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਗਤਸਮਨੀ ਦੇ ਬਾਗ ਦੇ ਵਿੱਚ ਸਾਰੇ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਛੱਡ ਦਿੱਤਾ। Except for John the writer of this gospel of John. ਸਿਰਫ ਇੱਕ ਨੂੰ ਛੱਡ ਕੇ ਜਿਹੜਾ ਯਹੂਨਾ ਜਿਸਨੇ ਕਿਤਾਬ ਲਿਖੀ ਹੈ। None of the disciples was at the crucifixion of Jesus Christ. ਕੋਈ ਵੀ ਚੇਲਾ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਸੂਲੀ ਤੇ ਚੜਾਇਆ ਗਿਆ ਉੱਥੇ ਮੌਜੂਦ ਨਹੀਂ ਸੀ। Some had left him in the garden of Gethsemane. ਕੁਝ ਨੇ ਤਾਂ ਉਹਨਾਂ ਨੂੰ ਉਸ ਗਸਮਨੀ ਦੇ ਬਾਗ ਦੇ ਵਿੱਚ ਛੱਡ ਦਿੱਤਾ ਸੀ। And some left him before he was crucified on Calvary. ਅਤੇ ਕਈਆਂ ਨੇ ਉਹਨਾਂ ਨੂੰ ਜਦੋਂ ਕਲਵਰੀ ਦੇ ਉੱਤੇ ਉਹਨਾਂ ਨੂੰ ਸਲੀਬ ਤੇ ਚੜਾਇਆ ਗਿਆ ਉੱਥੋਂ ਉਦੋਂ ਛੱਡ ਦਿੱਤਾ ਸੀ। They had all deserted him. ਉਹਨਾਂ ਸਾਰਿਆਂ ਨੇ ਉਹਨਾਂ ਨੂੰ ਛੱਡ ਦਿੱਤਾ ਸੀ। And Peter in particular had denied the Lord Jesus Christ. ਖਾਸ ਤੌਰ ਤੇ ਪਤਰਸ ਨੇ ਉਹਨਾਂ ਦਾ ਬਿਲਕੁਲ ਇਨਕਾਰ ਕਰ ਦਿੱਤਾ ਸੀ। So after they learned that Jesus has been crucified and he was dead, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਮਾਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਸਲੀਬ ਤੇ ਚੜਾਇਆ ਗਿਆ। All of these disciples were very disillusioned including Peter. ਤਾਂ ਜਿਹੜੇ ਸਾਰੇ ਚੇਲੇ ਸੀਗੇ ਉਹ ਬਹੁਤ ਸਾਰੇ ਨਿਰਾਸ਼ ਹੋ ਗਏ। And they were dejected, they were sad, they did not know what was going on and what to do with their life. ਉਹ ਬਹੁਤ ਉਦਾਸ ਹੋ ਗਏ ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ। So what Peter does? ਤਾਂ ਪਤਰਸ ਕੀ ਕਰਦਾ ਹੈ? He has moved from Jerusalem after the resurrection of Jesus and he has come back to his village. ਪਤਰਸ ਉੱਥੋਂ ਯਰੂਸ਼ਲਮ ਨੂੰ ਛੱਡ ਕੇ ਵਾਪਸ ਆਪਣੇ ਪਿੰਡ ਆ ਜਾਂਦਾ ਹੈ। And I don't believe Jesus has appeared to him yet. ਤੇ ਮੈਨੂੰ ਵਿਸ਼ਵਾਸ ਹੈ ਕਿ ਹਜੇ ਪ੍ਰਭੂ ਯਿਸੂ ਮਸੀਹ ਉਸ ਨੂੰ ਨਹੀਂ ਮਿਲੇ ਹਨ। Not on the road to Emmaus. Emmaus ਦੀ ਸੜਕ ਤੇ ਨਹੀਂ। And not in the upper room in Jerusalem. ਨਾ ਕਿ ਉਸ ਯਰੂਸ਼ਲਮ ਦੇ ਉੱਪਰਲੇ ਕਮਰੇ ਦੇ ਵਿੱਚ। As Thomas was away. ਜਦੋਂ ਥਾਮਸ ਉੱਥੇ ਨਹੀਂ ਸੀ। Peter must also have been away from there. ਤਾਂ ਹੋ ਸਕਦਾ ਹੈ ਕਿ ਪਤਰਸ ਵੀ ਉੱਥੇ ਨਹੀਂ ਸੀ। In fact we find both of them in Galilee in chapter 21. ਅਤੇ 21ਵੇਂ ਅਧਿਆਏ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਦੋਨੇ ਗਲੀਲ ਦੇ ਵਿੱਚ ਸਨ। In verse 1 and 2 if you can kindly read. ਜਿਹੜੀ ਇੱਕ ਤੇ ਦੋ ਆਇਤ ਹੈ ਜੇ ਉਸ ਨੂੰ ਪੜ੍ਹੀਏ। Chapter 21 verse 1 and 2. 21 ਦੀ ਇੱਕ ਤੇ ਦੋ। So Peter was there and Simon Peter was there and Thomas ਜੋ ਕਿਆ ਕਹਲਾਤਾ ਹੈ? Didymus and couple of other disciples and some disciples, two other disciples whose names are not even mentioned. Yeah, and now verse 3. Teji ayat. So Peter was a born leader. He was in charge of many things. Jehda patras si oh ek leader di tarah hunda si. But it's a very significant statement. Par eh bahut zaruri gal hai. In verse 3. Teji ayat vich. Anybody? I am going fishing. ਉਹ ਕਹਿੰਦਾ ਮੈਂ ਮੱਛੀ ਪਕੜਨ ਜਾ ਰਿਹਾ ਹਾਂ। In John chapter 21 and verse 3. ਯਹੋਨਾ ਦੀ 21 ਦੀ 3 ਆਇਤ ਵਿੱਚ That small sentence. ਉਹ ਜਿਹੜੀ ਛੋਟੀ ਜਿਹੀ ਗੱਲ ਲਿਖੀ ਹੈ। Tells us the mental status and the spiritual status of Peter at that time. ਉਹ ਪਤਰਸ ਦੀ ਜੋ ਦਿਮਾਗੀ ਹਾਲਤ ਹੈ, ਆਤਮਿਕ ਹਾਲਤ ਹੈ ਉਸ ਦੇ ਬਾਰੇ ਦੱਸਦੀ ਹੈ। It was a statement of sadness, despondency in which Peter finds himself after the death of Jesus. ਇਹ ਗੱਲ ਉਸ ਉਦਾਸੀ ਨੂੰ ਦਰਸਾਉਂਦੀ ਹੈ ਜੋ ਪ੍ਰਭੂ ਯਿਸੂ ਮਸੀਹ ਦੇ ਮਰਨ ਤੋਂ ਬਾਅਦ ਉਸ ਨੂੰ ਦੁੱਖ ਹੋਇਆ ਸੀ। So he says, I'm going back to where I was. ਉਹ ਕਹਿੰਦਾ ਕਿ ਮੈਂ ਵਾਪਸ ਜਾ ਰਿਹਾ ਹਾਂ ਜਿੱਥੋਂ ਮੈਂ ਆਇਆ ਸੀ। He was from Galilee. ਉਹ ਗਲੀਲ ਤੋਂ ਸੀ। He was a professional fisherman. ਉਹ ਇੱਕ ਮਛੇਰਾ ਸੀ। That's what he grew up doing. ਉਹ ساری ਉਮਰ ਇਹੀ ਕਰਦਾ ਰਿਹਾ। And now he had followed the Lord Jesus Christ. He has left his profession, had followed the Lord Jesus Christ. ਉਸਨੇ ਆਪਣਾ ਮੱਛੀਆਂ ਫੜਨ ਦਾ ਕੰਮ ਛੱਡ ਕੇ ਪ੍ਰਭੂ ਯਿਸੂ ਮਸੀਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। All that he had has laid down at the feet of Jesus Christ. ਉਸਨੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ 'ਚ ਆ ਕੇ ਸਭ ਕੁਝ ਛੱਡ ਦਿੱਤਾ। And that his Lord and Master has been crucified and dead and buried and gone. ਜਦੋਂ ਉਸ ਦਾ ਮਾਲਕ ਪ੍ਰਭੂ ਯਿਸੂ ਮਸੀਹ ਉਸ ਨੂੰ ਮਾਰ ਦਿੱਤਾ ਗਿਆ, ਦਫਨਾ ਦਿੱਤਾ ਗਿਆ ਤਾਂ ਉਸਨੇ ਸਭ ਛੱਡ ਦਿੱਤਾ। Peter is disillusioned completely.
ਤਾਂ ਪਤਰਸ ਜੋ ਸੀ ਉਹ ਬਹੁਤ ਨਿਰਾਸ਼ ਹੋ ਗਿਆ ਸੀ। ਹੀ ਰਿਟਰਨਸ ਬੈਕ ਟੂ ਹਿਸ ਵਿਲੇਜ, ਉਹ ਆਪਣੇ ਪਿੰਡ ਵਾਪਸ ਜਾਂਦਾ ਹੈ। ਐਂਡ ਮੇ ਬੀ ਕਪਲ ਆਫ ਡੇਜ਼ ਹੀ ਡਿਡ ਨਾਟ ਈਵਨ ਗੋ ਆਊਟ ਆਫ ਹਿਸ ਹਾਊਸ, ਔਰ ਹੋ ਸਕਦਾ ਕਿ ਕੁਝ ਦਿਨ ਉਹ ਆਪਣੇ ਘਰ ਤੋਂ ਬਾਹਰ ਹੀ ਨਾ ਗਿਆ ਹੋਵੇ। ਬਟ ਆਫਟਰ ਅ ਵੀਕ ਲੇਟਰ, ਪਰ ਇੱਕ ਹਫਤੇ ਦੇ ਬਾਅਦ, ਹੀ ਸੇਜ਼ ਹੀ ਗੈਦਰਸ ਹਿਸ ਫਰੈਂਡਸ, ਉਹ ਆਪਣੇ ਦੋਸਤਾਂ ਨੂੰ ਇਕੱਠਾ ਕਰਦਾ ਹੈ। ਐਂਡ ਨਥਾਨੀਅਲ ਆਫ ਕੈਨਾ ਐਂਡ ਜ਼ੈਬਦੀ ਐਂਡ ਥਾਮਸ ਐਂਡ ਟੂ ਅਦਰ ਡਿਸਾਈਪਲਸ, ਤਾਂ ਉਸ ਤੇ ਜਿਹੜੇ ਚੱਲ ਚੇਲੇ ਜਿਹੜੇ ਸਾਥੀ ਸੀਗੇ ਉਹ ਸਾਰੇ ਆਉਂਦੇ ਹਨ। ਸੇਜ਼ ਆਮ ਗੋਇੰਗ ਫਿਸ਼ਿੰਗ, ਉਹ ਕਹਿੰਦਾ ਕਿ ਮੈਂ ਮੱਛੀ ਫੜਨ ਜਾ ਰਿਹਾ। ਇਟਸ ਨਾਟ ਲਾਈਕ ਯੂ ਹੈਵ ਅ ਸੈਟਰਡੇ ਨਾਈਟ, ਸੈਟਰਡੇ ਐਂਡ ਯੂ ਆਰ ਫ੍ਰੀ ਐਂਡ ਯੂ ਹੈਵ ਵਰਕਡ ਹਾਰਡ ਐਂਡ ਯੂ ਆਰ ਗੋਇੰਗ ਫਿਸ਼ਿੰਗ, ਦੈਟਸ ਨਾਟ ਦ ਕਾਈਂਡ ਆਫ ਸਟੇਟਮੈਂਟ ਪੀਟਰ ਇਜ਼ ਮੇਕਿੰਗ ਹੇਅਰ। ਇਹ ਉਸ ਤਰ੍ਹਾਂ ਦੀ ਇਹ ਸਟੇਟਮੈਂਟ ਨਹੀਂ ਹੈ ਕਿ ਤੁਸੀਂ ਉਹ ਸੈਟਰਡੇ ਫਿਸ਼ਿੰਗ ਕਰਨ ਜਾ ਰਹੇ ਸੀਗੇ ਤੇ ਫਿਰ ਉਹ ਥੱਕ ਗਏ ਸੀਗੇ। ਨੋ, ਇਟ ਇਜ਼ ਸਮਥਿੰਗ ਦੈਟ ਆਈ ਐਮ ਰਿਟਰਨਿੰਗ ਬੈਕ ਟੂ ਵਾਟ ਆਈ ਯੂਜ਼ਡ ਟੂ ਡੂ। ਪਰ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਕਹਿੰਦਾ ਹੈ ਕਿ ਮੈਂ ਜੋ ਕਰਦਾ ਸੀ ਉਸੇ ਕੰਮ ਵਿੱਚ ਮੈਂ ਵਾਪਸ ਜਾ ਰਿਹਾ ਹਾਂ। ਆਈ ਐਮ ਰਿਟਰਨਿੰਗ ਬੈਕ ਟੂ ਮਾਈ ਓਲਡ ਵੇਜ਼, ਮੈਂ ਆਪਣੇ ਪੁਰਾਣੇ ਕੰਮ ਦੇ ਵਿੱਚ ਵਾਪਸ ਜਾ ਰਿਹਾ। ਆਈ ਐਮ ਰਿਟਰਨਿੰਗ ਬੈਕ ਟੂ ਮਾਈ ਓਲਡ ਪ੍ਰੋਫੈਸ਼ਨ, ਮੈਂ ਆਪਣੇ ਪੁਰਾਣੀਆਂ ਜੋ ਆਦਤਾਂ ਸੀ ਉਹਨਾਂ ਵਿੱਚ ਵਾਪਸ ਜਾ ਰਿਹਾ। ਇਨਫ ਆਫ ਦਿਸ ਜੀਸਸ, ਇਨਫ ਆਫ ਦਿਸ ਜੀਸਸ ਮੈਨ, ਪ੍ਰਭੂ ਯਸੂ ਮਸੀਹ ਨਾਲ ਕਹਿੰਦਾ ਸੀ ਉਹ ਹੋ ਚੁੱਕਾ ਹੈ ਮੇਰਾ ਜਿੰਨਾ ਲੈਣਾ ਦੇਣਾ, ਆਈ ਹੈਵ ਹੈਡ ਇਨਫ, ਮੇਰਾ ਬਹੁਤ ਹੋ ਚੁੱਕਾ ਹੈ ਇਸ ਨਾਲ, ਹੀ ਇਜ਼ ਨਾਊ ਗੋਨ, ਉਹ ਚਲਾ ਗਿਆ ਹੈ, ਆਈ ਮਸਟ ਰਿਟਰਨ ਬੈਕ ਟੂ ਮਾਈ ਓਲਡ ਲਾਈਫ, ਤਾਂ ਮੈਨੂੰ ਹੁਣ ਵਾਪਸ ਜਾ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਹੀ ਇਜ਼ ਕਾਈਂਡ ਆਫ ਬੈਕ ਸਲਿਡਨ ਫਰਮ ਹਿਸ ਫੇਥ, ਉਹ ਉਥੋਂ ਪਿੱਛੇ ਹਟ ਜਾਂਦਾ ਹੈ ਪ੍ਰਭੂ ਵਿੱਚ ਆਪਣੇ ਵਿਸ਼ਵਾਸ ਤੋਂ। ਵਾਟ ਵੁੱਡ ਯੂ ਡੂ ਇਫ ਯੂ ਵਰ ਇਨ ਜੀਸਸ ਪਲੇਸ, ਮਾਈ ਡੀਅਰ ਫਰੈਂਡ, ਜੇ ਤੁਸੀਂ ਪ੍ਰਭੂ ਯਸੂ ਦੀ ਜਗ੍ਹਾ ਉੱਤੇ ਹੁੰਦੇ ਤੁਸੀਂ ਕੀ ਕਰਦੇ? ਇਫ ਆਈ ਵਾਸ ਇਨ ਜੀਸਸ ਪਲੇਸ, ਜੇ ਮੈਂ ਪ੍ਰਭੂ ਯਸੂ ਦੀ ਜਗ੍ਹਾ ਤੇ ਹੁੰਦਾ, ਆਈ ਵੁੱਡ ਲੀਵ ਦਿਸ ਡਿਸਾਈਪਲਸ, ਮੈਂ ਇਸ ਚੇਲੇ ਨੂੰ ਛੱਡ ਦਿੰਦਾ, ਪਾਰਟਿਕੂਲਰਲੀ ਪੀਟਰ, ਖਾਸ ਤੌਰ ਤੇ ਪਤਰਸ ਨੂੰ, ਹੂ ਡਿਨਾਈਡ ਹਿਮ ਇਨ ਹਿਸ ਓਨ ਪ੍ਰੈਜ਼ੈਂਸ, ਜਿਸ ਨੇ ਉਸ ਪ੍ਰਭੂ ਯਸੂ ਮਸੀਹ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਦਾ ਇਨਕਾਰ ਕਰ ਦਿੱਤਾ ਸੀ। ਐਂਡ ਆਈ ਵੁੱਡ ਗੋ ਆਫਟਰ ਅਨਦਰ ਗਰੁੱਪ ਆਫ 12 ਔਰ ਇਵਨ ਮੋਰ ਡਿਸਾਈਪਲਸ, ਮੈਂ ਉਹਨਾਂ 12 ਦੂਜਿਆਂ ਚੇਲਿਆਂ ਕੋਲ ਜਾਂ ਉਹਨਾਂ ਤੋਂ ਜ਼ਿਆਦਾ ਚੇਲਿਆਂ ਕੋਲ ਵਾਪਸ ਚਲਾ ਜਾਂਦਾ। ਐਂਡ ਆਈ ਵੁੱਡ ਗੋ ਐਂਡ ਫਾਈਂਡ ਨਿਊ ਬੰਚ ਆਫ ਡਿਸਾਈਪਲਸ ਫਾਰ ਮੀ, ਅਤੇ ਮੈਂ ਆਪਣੇ ਲਈ ਹੋਰ ਨਵੇਂ ਚੇਲੇ ਲੱਭ ਲੈਂਦਾ, ਬਿਕਾਜ਼ ਦੇ ਹੈਵ ਫੇਲਡ ਮੀ, ਕਿਉਂਕਿ ਇਹਦੇ ਚੇਲੇ ਫੇਲ ਹੋ ਗਏ ਸੀ। ਬਟ ਦੈਟਸ ਨਾਟ ਜੀਸਸ, ਐਂਡ ਆਈ ਐਮ ਗਲੈਡ ਜੀਸਸ ਇਜ਼ ਨਾਟ ਲਾਈਕ ਮੀ, ਹਾਲੇਲੂਯਾ, ਖੁਸ਼ੀ ਹੈ ਕਿ ਪ੍ਰਭੂ ਯਸੂ ਮਸੀਹ ਮੇਰੇ ਵਰਗੇ ਨਹੀਂ ਹਨ। ਵੀ ਹੈਵ ਅ ਰਿਜ਼ਨ ਲਾਰਡ ਜੀਸਸ ਕ੍ਰਾਈਸਟ, ਸਾਡੇ ਕੋਲ ਜ਼ਿੰਦਾ ਖੁਦਾ ਪ੍ਰਭੂ ਯਸੂ ਹੈ, ਹੂ ਪਰਸਿਊਸ ਦੋਜ਼ ਹੂ ਹੈਵ ਫੇਲਡ ਹਿਮ, ਉਹ ਉਹਨਾਂ ਦਾ ਪਿੱਛਾ ਕਰਦਾ ਹੈ ਜਿਨ੍ਹਾਂ ਨੇ ਉਹਨਾਂ ਦਾ ਇਨਕਾਰ ਕਰ ਦਿੱਤਾ ਸੀ, ਹੂ ਪਰਸਿਊਸ ਦੋਜ਼ ਹੂ ਹੈਵ ਬੈਕਸਲਿਡਨ ਫਰਮ ਦੇਅਰ ਫੇਥ, ਉਹ ਉਹਨਾਂ ਦਾ ਪਿੱਛਾ ਕਰਦਾ ਹੈ ਜਿਹੜੇ ਵਿਸ਼ਵਾਸ ਵਿੱਚ ਪਿੱਛੇ ਹੋ ਗਏ, ਹੀ ਪਰਸਿਊਸ ਦੋਜ਼ ਹੂ ਆਰ ਰਿਜੈਕਟਡ ਐਂਡ ਡਿਜੈਕਟਡ ਐਂਡ ਡਿਸਿਲੂਸ਼ਨਡ ਇਨ ਦੇਅਰ ਫੇਥ ਇਨ ਦੇਅਰ ਜਰਨੀ, ਉਹ ਉਹਨਾਂ ਦਾ ਪਿੱਛਾ ਕਰਦਾ ਹੈ ਜਿਹੜੇ ਨਿਰਾਸ਼ ਹੋ ਗਏ ਤੇ ਉਸ ਦੇ ਪਿੱਛੇ ਨਹੀਂ ਚੱਲ ਰਹੇ ਹਨ। My dear friends, if you are in this kind of a situation today in your spiritual life, mere dosto je tusi vi is tarah di halat de vich ho aaj, maybe you started that journey 20 years ago, 10 years ago, 5 years ago, it doesn't matter, ho sakda ki tusi 5 saal 15 saal 20 saal pehla eh safar shuru kita, but in this journey with Jesus Christ, par eh jo safar prabhu yesu naal hai, if you find yourself backslidden, je tusi sochte ho ki tusi vi us to piche hat gaye ho, if you find yourself sad and dragging your feet to the Lord, ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਥੱਕ ਗਏ ਹੋ ਤੇ ਉਸ ਦਾ ਪਿੱਛਾ ਕਰਦੇ ਗਾ, I have some good news for you, ਮੇਰੇ ਕੋਲ ਤੁਹਾਡੇ ਲਈ ਖੁਸ਼ਖਬਰੀ, the risen Lord Jesus Christ pursues the failed and the dejected ones, ਇਹ ਜੋ ਜ਼ਿੰਦਾ ਖੁਦਾ ਹੈ ਜਿਹੜੇ ਨਿਰਾਸ਼ ਹਨ ਉਹਨਾਂ ਦਾ ਪਿੱਛਾ ਕਰਦਾ ਹੈ, he loves bringing them back into his fold, ਉਹਨਾਂ ਸਾਰਿਆਂ ਨੂੰ ਆਪਣੇ ਝੁੰਡ ਵਿੱਚ ਵਾਪਸ ਲਿਆਉਣਾ ਚਾਹੁੰਦਾ, the risen Lord Jesus Christ does not leave you as you are and where you are, ਜ਼ਿੰਦਾ ਖੁਦਾ ਤੁਹਾਨੂੰ ਉਸ ਸਥਿਤੀ ਵਿੱਚ ਜਿਸ ਵਿੱਚ ਤੁਸੀਂ ਹੋ ਉਸ ਵਿੱਚ ਨਹੀਂ ਛੱਡਣਾ ਚਾਹੁੰਦਾ, but he pursues you, ਪਰ ਉਹ ਤੁਹਾਡਾ ਪਿੱਛਾ ਕਰਦਾ ਹੈ, he woos you with his grace, ਤੁਹਾਨੂੰ ਗਲੇ ਲਗਾਉਣਾ ਚਾਹੁੰਦਾ ਹੈ, and he wants you to come back to his fold, ਚਾਹੁੰਦਾ ਹੈ ਕਿ ਤੁਸੀਂ ਉਸ ਦੇ ਝੁੰਡ ਵਿੱਚ ਵਾਪਸ ਆਓ, he has some responsibilities for you, ਉਸ ਦੇ ਕੋਲ ਤੁਹਾਡੇ ਲਈ ਕੁਝ ਜ਼ਿੰਮੇਵਾਰੀਆਂ ਹਨ, he has some task for you, ਉਸ ਦੇ ਕੋਲ ਕੁਝ ਕੰਮ ਹਨ ਜੋ ਤੁਹਾਨੂੰ ਦੇਣਾ ਚਾਹੁੰਦਾ ਹੈ, he has some greater things for you that you have never even thought, ਉਸ ਦੇ ਕੋਲ ਬਹੁਤ ਬੜੇ ਕੰਮ ਹਨ ਤੁਹਾਡੇ ਲਈ ਜੋ ਤੁਸੀਂ ਕਦੀ ਸੋਚੇ ਵੀ ਨਹੀਂ ਹਨ, he wants to use you for his kingdom, ਉਹ ਤੁਹਾਨੂੰ ਆਪਣੇ ਰਾਜ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ, he wants to give you a new commission for his mission, ਉਹ ਤੁਹਾਨੂੰ ਆਪਣੇ ਰਾਜ ਦੇ ਵਾਅਦੇ ਲਈ ਕੁਝ ਹੋਰ ਸਿਖਾਉਣਾ ਚਾਹੁੰਦਾ, he is not going to go after other people, ਉਹ ਦੂਜਿਆਂ ਨਵਿਆਂ ਦੇ ਪਿੱਛੇ ਨਹੀਂ ਜਾਏਗਾ, but his chosen ones, ਪਰ ਉਸ ਦੇ ਚੁਣਿਆ ਹੋਇਆਂ ਦੇ ਪਿੱਛੇ, because Jesus said before he died, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਮਰਨ ਤੋਂ ਪਹਿਲਾਂ, you have not chosen me, ਤੁਸੀਂ ਮੈਨੂੰ ਨਹੀਂ ਚੁਣਿਆ, I have chosen you, ਮੈਂ ਤੁਹਾਨੂੰ ਚੁਣਿਆ ਹੈ, and whom the Lord has given me, my father has given me, ਜਿਹੜੇ ਮੈਨੂੰ ਪਿਤਾ ਨੇ ਦਿੱਤੇ ਹਨ, I am not going to leave them alone, ਮੈਂ ਉਹਨਾਂ ਨੂੰ ਇਕੱਲੇ ਨਹੀਂ ਛੱਡਾਂਗਾ, even though you leave me and you go back to your own life, ਚਾਹੇ ਤੁਸੀਂ ਮੈਨੂੰ ਛੱਡ ਕੇ ਵਾਪਸ ਚਲੇ ਜਾਓ, but my love
love is so much for you par mera pyar jo tuhade layi bahut hai that I went to the cross to die there for you ki main sleep te ja ke tuhade layi mariya and I will pursue you ate main tuhada pichha karanga until I bring you back and I forgive you jadon tak main tuhanu wapas na le aama te tuhanu maaf kar de I love you so much main tuhanu inna pyar karda I want to restore you main tuhanu bahal karna chahunda into my fellowship main apni maujoodgi de vich I want you to come to my presence main tuhanu chahunda ki tusi meri maujoodgi I want you to enjoy the plenty that I have for you in my presence main chahunda hai ki tusi mere vich aake anandit ho jao that's what Jesus does the risen Lord does with his disciples who were denied and rejected ehi sachcha zinda prabhu jo hai oh karda hai unna chelyan de naal so you see out of all the disciples tusi dekhde ho ki unna sare chelyan de vichon now Jesus chooses particularly Peter here ਇੱਥੇ ਪ੍ਰਭੂ ਨੇ ਜੋ ਹੈ ਖਾਸ ਤੌਰ ਤੇ ਪਤਰਸ ਨੂੰ ਚੁਣਿਆ ਬਿਕਾਜ਼ ਆਫ ਅ ਵੈਰੀ ਵੈਰੀ ਪਾਰਟਿਕੂਲਰ ਸਿਚੁਏਸ਼ਨ ਇਨ ਵਿਚ ਪੀਟਰ ਫਾਈਂਡਸ ਹਿਮਸੈਲਫ ਕਿਉਂਕਿ ਜੋ ਪਤਰਸ ਦੀ ਇੱਕ ਸਥਿਤੀ ਇੱਕ ਖਾਸ ਸਥਿਤੀ ਸੀ ਜਿਸ ਵਿੱਚ ਪ੍ਰਭੂ ਨੇ ਉਸ ਨੂੰ ਪਾਇਆ ਰਿਮੈਂਬਰ ਪੀਟਰ ਹੈਡ ਡਿਨਾਈਡ ਜੀਸਸ ਕ੍ਰਾਈਸਟ ਔਨ ਦੈਟ ਨਾਈਟ ਹੀ ਵਾਸ ਬਿਟਰੇਡ ਐਂਡ ਅਰੈਸਟਡ ਤੁਹਾਨੂੰ ਯਾਦ ਹੋਵੇਗਾ ਕਿ ਪ੍ਰਭੂ ਯਸੂ ਮਸੀਹ ਜਿਸ ਰਾਤ ਪਕੜਵਾਏ ਗਏ ਸੀਗੇ ਪਤਰਸ ਨੇ ਤਿੰਨ ਵਾਰੀ ਉਹਨਾਂ ਦਾ ਇਨਕਾਰ ਕੀਤਾ ਸੀ He was in the high priest's courtyard. ਉਹ ਜਿਹੜੇ ਸੀ ਉਹ ਮਹਾਯਾਜਕ ਦੇ ਜਿਹੜੇ ਸੀ ਉੱਥੇ ਸੀ ਵਿਹੜੇ ਦੇ ਵਿੱਚ. It was kind of a chilly night. ਉਹ ਇੱਕ ਠੰਡੀ ਰਾਤ ਸੀ. They had charcoals and people were sitting around them the charcoal warming themselves up as the court was sitting in the chamber of the high priest. ਜਦੋਂ ਪ੍ਰਭੂ ਯਸੂ ਮਸੀਹ ਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਵਿਹੜੇ ਦੇ ਵਿੱਚ ਇੱਕ ਕੋਲਿਆਂ ਦੀ ਅੱਗ ਬਲ ਰਹੀ ਸੀ. And Peter also goes along in that chilly night. ਤੇ ਉਸ ਠੰਡੀ ਰਾਤ ਦੇ ਵਿੱਚ ਪਤਰਸ ਉੱਥੇ ਜਾਂਦਾ ਹੈ. He wanted to also warm himself up. ਤੇ ਉਹ ਵੀ ਸੋਚਦਾ ਹੈ ਕਿ ਮੈਂ ਉਹਨ ਕੋਲਿਆਂ ਦੀ ਅੱਗ ਕੋਲ ਜਾ ਕੇ ਆਪਣੇ ਆਪ ਨੂੰ ਗਰਮ ਕਰਾਂ. And we have several incidences recorded in different gospels that he denied Jesus. He said, "No, I don't know Jesus. I don't know what you're talking about." 3 times. ਉਸਨੇ ਉੱਥੇ ਪ੍ਰਭੂ ਯਸੂ ਮਸੀਹ ਦਾ 3 ਵਾਰ ਇਨਕਾਰ ਕੀਤਾ ਕਿ ਮੈਂ ਉਸ ਨੂੰ ਨਹੀਂ ਜਾਣਦਾ ਹਾਂ. And Jesus now chooses this incident. Now Prabhu Yesu Masih ne eh jehda si mauka chunya to reveal himself to Jesus to Peter again. Ta Patras de utte apne aap nu zahir karan layi to restore himself unto him. Ta ke oh Patras nu mud ke bahal kar de. So now the second thing we find in this chapter. Dusri jo gal hai is chapter de vich assi dekhde ha. Not only Jesus pursues but the encounter with the living Lord actually turns our absence into abundance ਅਤੇ ਦੇਖਦੇ ਹਾਂ ਕਿ ਜਿਹੜੀ ਜ਼ਿੰਦਾ ਪਰਮੇਸ਼ਵਰ ਦਾ ਜਦੋਂ ਅਸੀਂ ਸਾਹਮਣਾ ਕਰਦੇ ਹਾਂ ਤਾਂ ਉਸ ਦੀ ਜਿਹੜੀ ਕਮੀ ਹੈ ਉਹ ਸਾਡੀ ਭਰਪੂਰੀ ਵਿੱਚ ਬਦਲ ਜਾਂਦੀ ਹੈ Peter labored all night ਪਤਰਸ ਨੇ ਜੋ ਸੀ ਸਾਰੀ ਰਾਤ ਮਿਹਨਤ ਕੀਤੀ ਸੀ So they were out into the boat and that night it says in chapter 21 and verse 3 21 ਦੀ 3 ਆਇਤ ਵਿੱਚ ਲਿਖਿਆ ਕਿ ਉਹ ਸਾਰੀ ਰਾਤ ਬਾਹਰ ਉਸ ਝੀਲ ਦੇ ਵਿੱਚ ਸੀਗੇ In those days actually they did fish in the night on Lake Galilee ਉਹਨਾਂ ਦਿਨਾਂ ਦੇ ਵਿੱਚ ਉਹ ਗਲੀਲ ਦੀ ਝੀਲ ਦੇ ਵਿੱਚ ਰਾਤ ਦੇ ਸਮੇਂ ਮੱਛੀਆਂ ਫੜਦੇ ਹੁੰਦੇ There are more chances of catching more fish in the night ਤਾਂ ਉਸ ਦਾ ਹੁੰਦਾ ਸੀ ਕਿ ਰਾਤ ਨੂੰ ਉਹ ਜ਼ਿਆਦਾ ਮੱਛੀਆਂ ਫੜਦੇ ਹੁੰਦੇ They were tired ਉਹ ਥੱਕ ਚੁੱਕੇ ਸੀ They were exhausted ਉਹ ਥੱਕ ਚੁੱਕੇ ਸੀ And this verse is so significant it coolly says that they did not catch anything that night is ayat vich khas taur te eh dassya gaya hai ki unna ne puri raat kuch vi nahi phadeya si it is very unusual par ek bahut ajeeb gal hai this lake is full of fish eh jo jheel si machhiyan naal bhari hoyi hai it's a blessed lake ek bahut aashishit lake hai these fishermen are professional fishermen te eh jehde machhere sige eh shuru to inna nu eh kam karna hunda hai it was not their hobby eh unna da ek shauk hi nahi They grew up on that lake catching fish. ਇਸ ਝੀਲ ਦੇ ਉੱਤੇ ਮੱਛੀਆਂ ਸ਼ੁਰੂ ਤੋਂ ਬਚਪਨ ਤੋਂ ਹੀ ਫੜਦੇ ਆਏ ਹਨ। They knew where fish were. ਤਾਂ ਉਹਨਾਂ ਨੂੰ ਪਤਾ ਸੀ ਕਿ ਮੱਛੀ ਕਿੱਥੇ ਹੈ। They knew how to use their tools. ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹਨਾਂ ਨੇ ਆਪਣੇ ਔਜ਼ਾਰ ਜਿਹੜੇ ਹੈ ਉਹ ਕਿਸ ਤਰ੍ਹਾਂ ਇਸਤੇਮਾਲ ਕਰਨੇ ਹਨ। So unusual to read what John says in one sentence in chapter 21 and verse 3 that they did not catch any fish. ਇਹ ਬਹੁਤ ਅਜੀਬ ਲੱਗਦਾ ਹੈ ਕਿ ਜਦੋਂ ਦੇਖਦੇ ਹਾਂ ਕਿ ਉਹਨਾਂ ਨੇ ਸਾਰੀ ਰਾਤ ਮੱਛੀ ਨਹੀਂ ਫੜੀ। So Jesus comes along walking and strolling on that beach. ਤਾਂ ਪ੍ਰਭੂ ਯਸੂ ਮਸੀਹ ਉੱਥੇ ਲੇਕ ਦੇ ਕਿਨਾਰੇ ਦੇ ਉੱਤੇ ਝੀਲ ਦੇ ਕਿਨਾਰੇ ਉੱਤੇ ਤੁਰਦੇ ਹੋਏ ਆਉਂਦੇ ਹਨ। And he asked them a question. ਉਹ ਉਹਨਾਂ ਨੂੰ ਇੱਕ ਪ੍ਰਸ਼ਨ ਪੁੱਛਦੇ ਹਨ Children have you any fish ਬੱਚਿਓ ਕੀ ਤੁਹਾਡੇ ਕੋਲ ਕੋਈ ਮੱਛੀ ਹੈ Verse 5 chapter 21 and verse 5 Jesus said to them ਪ੍ਰਭੂ ਯਸੂ ਨੇ ਉਹਨਾਂ ਨੂੰ ਕਿਹਾ Children have you any fish ਹੇ ਜਵਾਨੋ
ਤੁਸੀਂ ਖਾਣ ਨੂੰ ਕੁਝ ਫੜਿਆ In fact, the way that it is written in the original, ਜਿਹੜਾ ਪੁਰਾਣਾ ਹੈ ਓਰਿਜਿਨਲ ਵਰਜ਼ਨ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਇਟ ਇਜ਼ ਲਾਈਕ ਦਿਸ ਉਹ ਇਸ ਤਰ੍ਹਾਂ ਹੈ ਯੂ ਹੈਵਨਟ ਕਾਟ ਐਨੀ ਫਿਸ਼ ਹੈਵ ਯੂ ਕਿ ਤੁਸੀਂ ਕੋਈ ਮੱਛੀ ਨਹੀਂ ਫੜੀ He knew that they didn't catch any fish. ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਕੋਈ ਮੱਛੀ ਨਹੀਂ ਫੜੀ And their answer is very terse, just one word. ਉਹਨਾਂ ਦਾ ਉੱਤਰ ਜੋ ਸੀ ਸਿਰਫ ਇੱਕੋ ਸ਼ਬਦ ਦਾ ਸੀ No, go away from here. They didn't say but under their breath. They must have said. They didn't recognize who this was asking them. But they were so ashamed that they labored hard and had no fish. And this stranger comes along and says, Hey, have you got any fish? No. ਉਹ ਇਸ ਤਰ੍ਹਾਂ ਸੀ ਜਿਵੇਂ ਇੱਕ ਅਜਨਬੀ ਆ ਕੇ ਉਹਨਾਂ ਨੂੰ ਪੁੱਛੇ ਕਿ ਤੁਸੀਂ ਕੋਈ ਮੱਛੀ ਫੜੀ ਤਾਂ ਉਹ ਉਸਨੂੰ ਕਹਿ ਨਹੀਂ ਸਕੇ ਸਿਰਫ ਉਹਨਾਂ ਨੇ ਇੰਨਾ ਹੀ ਕਿਹਾ ਕਿ ਨਹੀਂ ਅਸੀਂ ਨਹੀਂ ਫੜੀ There was complete absence of any fish, anything that they could say they labored and they had anything to show. ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਕਿ ਉਸਨੂੰ ਦਿਖਾ ਸਕਦੇ ਕਿ ਉਹਨਾਂ ਨੇ ਕੀ ਫੜਿਆ ਹੈ Jesus as a stranger comes along on the beach without revealing himself ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਉਹਨਾਂ ਤੇ ਜ਼ਾਹਰ ਨਹੀਂ ਕੀਤਾ ਉਹ ਇੱਕ ਅਜਨਬੀ ਦੇ ਰੂਪ ਦੇ ਵਿੱਚ ਉਸ ਝੀਲ ਦੇ ਕਿਨਾਰੇ ਤੇ ਆਉਂਦੇ ਹਨ And he tells them to cast the net on the right side ਉਹ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਉਸ ਦੇ ਸੱਜੇ ਪਾਸੇ ਤੁਸੀਂ ਆਪਣਾ ਜਾਲ ਪਾਓ Immediately a miracle happens ਅਤੇ ਇੱਕਦਮ ਉੱਥੇ ਇੱਕ ਚਮਤਕਾਰ ਹੁੰਦਾ ਹੈ It's the miracle of catching fish in just one go as soon as they obeyed the Lord ਉਹ ਇੱਕਦਮ ਉਦੋਂ ਹੋ ਗਿਆ ਜਦੋਂ ਉਹਨਾਂ ਨੇ ਪ੍ਰਭੂ ਦੇ ਉਹਨਾਂ ਸ਼ਬਦਾਂ ਦਾ ਪਾਲਣਾ ਕੀਤਾ And verse 6 says if you can read verse 6 in chapter 21 There was such a plenty of fish, the quality of fish, the quantity of fish, that they were not able to bring them up by themselves. Once there was an abundance, sorry, there was an absence of any fish. As soon as they obeyed the risen Lord Jesus Christ, there is an abundance in their life. If you are in the situation that you think there is an absence of God's fruit in your life, maybe it is a financial absence. Maybe you work hard like Peter and the apostles. ਬਹੁਤ ਕੰਮ ਕੀਤਾ Maybe you have invested lot of your time and money ਹੋ ਸਕਦਾ ਹੈ ਤੁਸੀਂ ਆਪਣਾ ਬਹੁਤ ਸਮਾਂ ਤੇ ਪੈਸਾ ਜੋ ਹੈ ਇਨਵੈਸਟ ਕਰ ਦਿੱਤਾ And you have nothing to show ਅਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ My dear friends ਮੇਰੇ ਦੋਸਤੋ If you have an encounter with the risen Lord Jesus Christ ਸੱਚੇ ਜਿੰਦਾ ਖੁਦਾ ਦਾ ਤੁਸੀਂ ਸਾਹਮਣਾ ਕੀਤਾ This absence can be turned into an abundance ਤੁਹਾਡੀ ਜੋ ਕਮੀ ਹੈ ਉਹ ਭਰਪੂਰੀ ਵਿੱਚ ਬਦਲ ਜਾਵੇ I did not intend to read Psalm 65 today earlier ਅਸੀਂ ਮੈਂ ਸੋਚਿਆ ਨਹੀਂ ਸੀ ਕਿ ਅੱਜ ਅਸੀਂ ਜਿਹੜਾ ਭਜਨ ਪੜਿਆ 65 ਨੰਬਰ ਉਸ ਨੂੰ ਪੜਾਂਗੇ ਬਟ ਦ ਹੋਲੀ ਸਪਿਰਿਟ ਬ੍ਰਿੰਗਸ ਅਸ ਟੁਗੇਦਰ ਪਰ ਉਸ ਪਵਿੱਤਰ ਆਤਮਾ ਨੇ ਸਾਨੂੰ ਇਕੱਠੇ ਕਰ ਦਿੱਤਾ ਐਂਡ ਇਟ ਸਿੰਕਸ ਵਿਦ ਵਾਟ ਵੀ ਵਰ ਅਬਾਊਟ ਟੂ ਸੇ ਟੁਡੇ ਅਤੇ ਜੋ ਇਸ ਵਚਨ ਵਿੱਚ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਉਸ ਦੇ ਨਾਲ ਬਿਲਕੁਲ ਮਿਲ ਗਿਆ ਡੇਵਿਡ ਹੈਡ ਐਕਸਪੀਰੀਅੰਸ ਦੀ ਅਬੰਡੈਂਸ ਆਫ ਗਾਡ ਦਾਊਦ ਦਾ ਜੋ ਤਜਰਬਾ ਹੈ ਉਹ ਪ੍ਰਭੂ ਦੀ ਭਰਪੂਰੀ ਦਾ ਹੈ ਦ ਚੈਰੀਅਟਸ ਆਫ ਗਾਡ ਆਰ ਫਿਲਡ ਵਿਦ ਫੈਟਨੈਸ ਇਨ ਦੇ ਡ੍ਰਿਪ ਅਤੇ ਉਹ ਕਹਿੰਦਾ ਹੈ ਕਿ ਪ੍ਰਭੂ ਦੇ ਜੋ ਰਥ ਹਨ ਉਹ ਜਿਹੜੇ ਭਰੇ ਹੋਏ ਹਨ ਉਹਦੀਆਂ ਭੇਂਟਾਂ ਦੇ ਨਾਲ ਦ ਪ੍ਰੈਜ਼ੈਂਸ ਆਫ ਦ ਰਿਜ਼ਨ ਲਾਰਡ ਜੀਸਸ ਕ੍ਰਾਈਸਟ ਆਲਸੋ ਬ੍ਰਿੰਗਸ ਅਸ ਇਨਟੂ ਅਬੰਡੈਂਸ ਆਫ ਐਵਰੀ ਸੋਰਟ ਪ੍ਰਭੂ ਯਿਸੂ ਮਸੀਹ ਦੀ ਜੋ ਮੌਜੂਦਗੀ ਹੈ ਉਹ ਹਰ ਇੱਕ ਚੀਜ਼ ਦੀ ਭਰਪੂਰੀ ਸਾਡੇ ਕੋਲ ਲੈ ਕੇ ਆਉਂਦੀ ਹੈ ਸੋ ਜੀਸਸ ਆਸਕਡ them ਹੈਵ ਯੂ ਗਾਟ ਐਨੀ ਫਿਸ਼ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਮੱਛੀ ਹੈ ਨੋਪ ਉਹ ਕਹਿੰਦੇ ਨਹੀਂ ਦੇ ਵਰ ਹੰਗਰੀ ਉਹ ਭੁੱਖੇ ਸੀਗੇ ਦੇ ਵਰ ਫਿਜ਼ੀਕਲੀ ਟਾਇਰਡ ਥੱਕ ਚੁੱਕੇ ਸੀ ਦੇ ਵਰ ਐਗਜ਼ੌਸਟਡ ਉਹ ਬਿਲਕੁਲ ਥੱਕ ਚੁੱਕੇ ਐਂਡ ਦੇ ਵਰ ਇਨ ਅ ਫਾਈਨੈਂਸ਼ੀਅਲ ਟ੍ਰਬਲ ਅਤੇ ਉਹ ਆਰਥਿਕ ਸਥਿਤੀ ਉਹਨਾਂ ਦੀ ਠੀਕ ਨਹੀਂ ਸੀ And Jesus comes along as the risen Lord Jesus Christ and brings abundance in their lives. ਪ੍ਰਭੂ ਯਿਸੂ ਮਸੀਹ ਜ਼ਿੰਦਾ ਹੋ ਕੇ ਜ਼ਿੰਦਾ ਖੁਦਾ ਹੋ ਕੇ ਉਹਨਾਂ ਦੀ ਜ਼ਿੰਦਗੀ ਚਾਹੁੰਦੇ ਨਹੀਂ ਤੇ ਭਰਪੂਰੀ ਲੈ ਕੇ ਆਉਂਦੇ There were so many fish that their nets were almost tearing. ਉਹ ਇੰਨੀ ਜ਼ਿਆਦਾ ਉਹਨਾਂ ਦੇ ਜਾਲਾਂ ਵਿੱਚ ਮੱਛੀ ਫਸ ਗਈ ਕਿ ਜਾਲ ਉਹਨਾਂ ਦੇ ਫਟਣ ਵਾਲੇ ਸੀਗੇ So my dear friends, what is the Lord asking us to do in this encounter? ਦੋਸਤੋ ਇਸ ਸਥਿਤੀ ਵਿੱਚ ਪ੍ਰਭੂ ਸਾਡੇ ਨਾਲ ਕੀ ਗੱਲ ਕਰਨਾ ਚਾਹ ਰਿਹਾ ਹੈ If you like a life of abundance ਜੇ ਤੁਹਾਨੂੰ ਭਰਪੂਰੀ ਦਾ ਜੀਵਨ ਪਸੰਦ ਹੈ Jesus has come and said that he is the one only one who brings us into abundance ਤਾਂ ਪ੍ਰਭੂ ਯਿਸੂ ਮਸੀਹ ਆ ਕੇ ਕਹਿੰਦੇ ਨੇ ਕਿ ਸਿਰਫ ਉਹੀ ਨੇ ਜਿਹੜੀ ਭਰਪੂਰੀ ਸਾਡੀ ਜ਼ਿੰਦਗੀ ਚੋਂ ਲੈ ਕੇ ਆਉਂਦੇ ਨੇ Jesus said in John's chapter 10 and verse 10 ਯਹੂਨਾ ਦੇ ਵਿੱਚ 10 ਦੀ 10 ਦੇ ਵਿੱਚ ਪ੍ਰਭੂ ਕਹਿੰਦੇ ਨੇ ਦ ਥੀਫ ਕਮਸ ਓਨਲੀ ਟੂ ਸਟੀਲ ਐਂਡ ਕਿਲ ਐਂਡ ਡਿਸਟਰੋਏ ਜਿਹੜਾ ਚੋਰ ਹੈ ਉਹ ਨਾਸ਼ ਕਰਨ ਤੇ ਚੁਰਾਉਣ ਲਈ ਆਉਂਦਾ ਹੈ ਬਟ ਆਈ ਹੈਵ ਕਮ ਦੈਟ ਯੂ ਮੇ ਹੈਵ ਲਾਈਫ ਮੈਂ ਇਸ ਲਈ ਆਇਆ ਕਿ ਤੁਸੀਂ ਜੀਵਨ ਪਾਓ ਐਂਡ ਨਾਟ ਜਸਟ ਲਾਈਫ ਨਾ ਕਿ ਜੀਵਨ ਪਾਓ ਬਟ ਹੈਵ ਇਟ
an abundant life. ਅਤੇ ਭਰਪੂਰੀ ਦਾ ਜੀਵਨ ਪਾਓ. Have it in abundance. ਅਤੇ ਭਰਪੂਰੀ ਵਿੱਚ ਲੈ ਜਾਓ. Have it in plenty. ਤੁਹਾਡੇ ਕੋਲ ਬਹੁਤ ਹੋ ਜਾਵੇ. God, when He gives, He gives us always us in plenty. ਜਦੋਂ ਪਰਮੇਸ਼ਵਰ ਦਿੰਦਾ ਹੈ ਤਾਂ ਉਹ ਭਰਪੂਰੀ ਨਾਲ ਦਿੰਦਾ. He doesn't hold back to us anything. ਉਹ ਸਾਨੂੰ ਕਿਸੇ ਚੀਜ਼ ਤੋਂ ਪਿੱਛੇ ਨਹੀਂ ਰੱਖਦਾ. It is the same thing about the Holy Spirit when He gave it to His disciples. ਇਸੇ ਤਰ੍ਹਾਂ ਹੈ ਜਦੋਂ ਉਸਨੇ ਪਵਿੱਤਰ ਆਤਮਾ ਆਪਣੇ ਚੇਲਿਆਂ ਨੂੰ ਦਿੱਤੀ. He filled them so much. ਉਸਨੇ ਉਹਨਾਂ ਨੂੰ ਇਸ ਤਰ੍ਹਾਂ ਭਰ ਦਿੱਤਾ. He gave them so much of the Holy Spirit. ਉਸਨੇ ਉਹਨਾਂ ਨੂੰ ਇੰਨੀ ਪਵਿੱਤਰ ਆਤਮਾ ਦੇ ਦਿੱਤੀ. They were almost busting out of their skins. ਉਹ ਇਸ ਤਰ੍ਹਾਂ ਸੀ ਕਿ ਉਹਨਾਂ ਕੋਲ ਉਹ ਸਮਾ ਨਹੀਂ ਸਕਦੇ. They were so joyful. ਉਹ ਇੰਨੇ ਖੁਸ਼ ਹੋ ਗਏ. That they went out and they were ready to give up their life for this Jesus. ਉਹ ਬਾਹਰ ਗਏ ਤੇ ਇਸ ਇੱਥੇ ਤੱਕ ਹੋ ਗਏ ਕਿ ਉਹ ਪਰਮੇਸ਼ਵਰ ਲਈ ਆਪਣਾ ਜੀਵਨ ਦੇਣ ਨੂੰ ਤਿਆਰ ਹੋ ਗਏ. And they were ready to give up anything for this Jesus. Hallelujah. ਅਤੇ ਉਹ ਇਸ ਪ੍ਰਭੂ ਯਿਸੂ ਲਈ ਆਪਣਾ ਸਭ ਕੁਝ ਦੇਣ ਨੂੰ ਤਿਆਰ ਹੋ ਗਏ. My dear friends, if you are in absence today of any kind, ਮੇਰੇ ਦੋਸਤੋ, ਜੇ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ ਅੱਜ, the answer lies in the obedience to the word of God. ਉਸ ਦਾ ਉੱਤਰ ਜੋ ਹੈ ਪ੍ਰਭੂ ਦੀ ਵਚਨਾਂ ਦੀ ਪਾਲਣਾ ਕਰਨ ਦੇ ਵਿੱਚ. This plenty and abundance that God has promised, ਇਹ ਜੋ ਭਰਪੂਰੀ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ, does not come through a miracle only. ਇਹ ਸਿਰਫ ਇੱਕ ਚਮਤਕਾਰ ਹੀ ਨਾਲ ਹੀ ਨਹੀਂ ਆ ਜਾਂਦੀ. It comes through obedience to the word of God. ਇਹ ਪਰਮੇਸ਼ਵਰ ਦੇ ਵਚਨਾਂ ਦੀ ਪਾਲਣਾ ਕਰਨ ਨਾਲ ਆਉਂਦੀ. And I'm thinking loudly here. ਮੈਂ ਇਸ ਗੱਲ ਨੂੰ ਬੜੇ ਖੁੱਲੇ ਤੌਰ ਤੇ ਸੋਚਦਾ ਹਾਂ. When Jesus comes along as a stranger, ਜਦੋਂ ਪ੍ਰਭੂ ਇੱਕ ਅਜਨਬੀ ਦੇ ਰੂਪ ਚ ਨਾਲ ਆਉਂਦਾ ਹੈ, and he tells these professional fishermen to cast their net on one particular side, ਇਹ ਜਿਹੜੇ ਪ੍ਰੋਫੈਸ਼ਨਲ ਮਛੇਰੇ ਸੀ ਉਹਨਾਂ ਨੂੰ ਕਹਿੰਦਾ ਹੈ, and you will get something, Jesus said. ਪ੍ਰਭੂ ਯਿਸੂ ਨੇ ਕਿਹਾ ਕਿ ਤੁਸੀਂ ਕੁਝ ਫੜੋਗੇ. And Peter must be going, or other disciples, yeah, right, I know. ਤੇ ਉਹ ਪੀਟਰ ਅਤੇ ਦੂਸਰੇ ਚੇਲੇ ਸੋਚਦੇ ਹੋਣਗੇ, ਸਾਨੂੰ ਪਤਾ ਹੈ ਕਿ ਤੂੰ ਕੀ ਕਹਿ ਰਿਹਾ ਹੈ. I grew up on this water. ਉਹਨਾਂ ਨੇ ਕਿਹਾ ਹੋਵੇ, ਸੋਚਿਆ ਹੋਵੇ ਕਿ ਅਸੀਂ ਇੱਥੇ ਪੈਦਾ ਹੋਏ ਹਾਂ ਇਸ. My games, my toys were all these boats and nets. ਅਸੀਂ ਬਚਪਨ ਤੋਂ ਹੀ ਇਹਨਾਂ ਜਿਹੜੀਆਂ ਕਿਸ਼ਤੀਆਂ ਤੇ ਜਾਲ ਹੈ ਇਹਨਾਂ ਨਾਲ ਖੇਡਦੇ ਆਏ ਹਾਂ. I know what I'm doing, man. ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਰਹੇ ਹਾਂ. I have labored all night here. ਅਸੀਂ ਸਾਰੀ ਰਾਤ ਇੱਥੇ ਬਹੁਤ ਮਿਹਨਤ ਕੀਤੀ. And I did not catch any fish. ਅਤੇ ਅਸੀਂ ਕੋਈ ਵੀ ਮੱਛੀ ਨਹੀਂ ਫੜੀ. And now you're telling me to cast my net on the right side where the water is shallow. ਤੇ ਨਾ ਹੁਣ ਤੂੰ ਸਾਨੂੰ ਕਹਿ ਰਿਹਾ ਕਿ ਉਸ ਪਾਸੇ ਸੱਜੇ ਪਾਸੇ ਜਾਲ ਪਾਓ ਜਿੱਧਰ ਪਾਣੀ ਬਹੁਤ ਘੱਟ. Because they had called it a night, now they were tired, they were winding up when Jesus appears. ਤਾਂ ਹੁਣ ਇਹ ਜਦੋਂ ਇਹ ਉਹ ਸਥਿਤੀ ਹੈ ਜਦੋਂ ਉਹ ਥੱਕ ਚੁੱਕੇ ਸੀਗੇ, ਸਵੇਰ ਦਾ ਸਮੇਂ ਸੀ ਤੇ ਉਹ ਆਪਣਾ ਕੰਮ ਖਤਮ ਕਰ ਰਹੇ ਸੀ. If you read this chapter closely, ਜੇ ਤੁਸੀਂ ਧਿਆਨ ਨਾਲ ਇਸ ਚੈਪਟਰ ਨੂੰ ਪੜ੍ਹੋ, it says that they were only about 100 or 200 yards from the beach. ਉਹ ਸਚੀਲ ਦੇ ਉੱਤੇ 200-300 ਫੁੱਟ ਦੀ ਦੂਰੀ ਉੱਤੇ ਸੀਗੇ. The where the water is shallow. ਜਿੱਥੇ ਪਾਣੀ ਜਿਹੜਾ ਸੀ ਉਹ ਬਹੁਤ ਡੂੰਘਾ ਨਹੀਂ ਸੀ. There is no possibility of many fish there. ਤਾਂ ਉੱਥੇ ਹੁੰਦਾ ਹੈ ਕਿ ਉੱਥੇ ਜ਼ਿਆਦਾ ਮੱਛੀ ਨਾ ਹੋਣ ਦੀ ਸੀਗੀ ਸਥਿਤੀ. And yet they obeyed the Lord. ਫਿਰ ਵੀ ਉਹਨਾਂ ਨੇ ਪ੍ਰਭੂ ਦੇ ਬਚਨਾਂ ਦੀ ਪਾਲਣਾ ਕੀਤੀ. And their lives was turned into an abundant life. ਅਤੇ ਉਹਨਾਂ ਦੀਆਂ ਜ਼ਿੰਦਗੀਆਂ ਸੀ ਜੋ ਭਰਪੂਰੀ ਦੀਆਂ ਜ਼ਿੰਦਗੀਆਂ ਬਣ ਗਈਆਂ. So my dear friends, ਮੇਰੇ ਦੋਸਤੋ, the abundant life is what Jesus has come to give you when he came out of death. Hallelujah. ਤਾਂ ਪ੍ਰਭੂ ਯਿਸੂ ਮਸੀਹ ਜਦੋਂ ਮੁਰਦਿਆਂ ਚੋਂ ਜ਼ਿੰਦਾ ਹੋ ਕੇ ਆ ਗਏ ਤਾਂ ਉਹ ਸਾਨੂੰ ਭਰਪੂਰੀ ਦਾ ਜੀਵਨ ਦੇਣ ਆਇਆ. When you feed on Jesus, ਜਦੋਂ ਅਸੀਂ ਪ੍ਰਭੂ ਯਿਸੂ ਨੂੰ ਦੇਖਦੇ ਹਾਂ, you will experience in obeying him the abundant life. ਤੁਸੀਂ ਦੇਖੋਗੇ ਕਿ ਉਸ ਦੀ ਮੌਜੂਦਗੀ ਦੇ ਵਿੱਚ ਤੁਹਾਨੂੰ ਭਰਪੂਰੀ ਮਿਲਦੀ ਹੈ. And now thirdly, ਤੀਸਰਾ, the living encounter with the living Lord turns into what Jesus says, into a come and dine experience at Jesus's fish barbecue, I would say. ਤੀਜਾ ਜੋ ਤਜਰਬਾ ਹੈ ਉਹ ਜਦੋਂ ਅਸੀਂ ਉਸ ਜ਼ਿੰਦਾ ਪਰਮੇਸ਼ਵਰ ਦਾ ਸਾਹਮਣਾ ਕਰਦੇ ਹਾਂ ਤਾਂ ਉਸ ਦੇ ਨਾਲ ਬਹਿ ਕੇ ਭੋਜਨ ਖਾਣ ਦਾ ਹੈ. An encounter with the living Lord, ਪਰਮੇਸ਼ਵਰ ਦਾ ਜੋ ਸਾਹਮਣਾ ਕਰਨਾ ਹੈ, leads to a come and dine at Jesus's fish barbecue. ਤਾਂ ਪ੍ਰਭੂ ਯਿਸੂ ਮਸੀਹ ਦੇ ਉਸ ਮੱਛੀ ਦੇ ਬਾਰਬੀਕਿਊ ਦੇ ਵਿੱਚ ਹਿੱਸਾ ਲੈਣਾ ਹੈ. So what happened was, as they were busy collecting these plenty of fish, ਜਦੋਂ ਉਹ ਬਹੁਤ ਬਿਜ਼ੀ ਹੋ ਗਏ, ਉਹ ਜਿਹੜੀ ਮੱਛੀ ਬਹੁਤ ਜ਼ਿਆਦਾ ਉਹਨਾਂ ਨੇ ਫੜ ਲਈ ਸੀ ਉਸ ਨੂੰ. Actually John writes very very specifically because he was an eye witness, he was there with them. ਯਹੋਨਾ ਉਸ ਨੂੰ ਬਹੁਤ ਡਿਟੇਲ ਦੇ ਵਿੱਚ ਲਿਖਦਾ ਹੈ ਕਿਉਂਕਿ ਉਸਨੇ ਖੁਦ ਆਪਣੀ ਅੱਖਾਂ ਨਾਲ ਦੇਖਿਆ ਸੀ. That they caught 153 fish. ਉਹਨਾਂ ਨੇ 153 ਮੱਛੀਆਂ ਫੜੀਆਂ ਸਨ. Now many people try to explain what does that mean and what all the numbers signifies and all that. ਬਹੁਤ ਲੋਕ ਇਸ ਗੱਲ ਨੂੰ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਨੰਬਰ ਦਾ ਕੀ ਮਤਲਬ ਹੈ. You can preach the whole sermon only on that number of fish that they had caught. ਤੁਸੀਂ ਸਿਰਫ ਇਹਨਾਂ ਮੱਛੀਆਂ ਦੇ ਨੰਬਰਾਂ ਦੇ ਉੱਤੇ ਕਈ ਲੋਕ ਸਰਮਨ ਮੈਸੇਜ ਦੇ ਦਿੰਦੇ ਹਨ. But that's not the purpose that
is mentioned here. ਪਰ ਉਸ ਦਾ ਉਹ ਮਤਲਬ ਨਹੀਂ ਹੈ ਜੋ ਇਸ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ. It just shows ਇਹ ਸਿਰਫ ਇਹ ਦਰਸਾਉਂਦਾ ਹੈ that the writer John ਕਿ ਯਹੂਨਾ ਜੋ ਹੈ was there as an eyewitness when they counted the fish. He remembers that there were 153 fish. ਯਹੂਨਾ ਨੇ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਤੇ ਉਹਨਾਂ ਨੇ ਗਿਣਤੀ ਕੀਤੀ ਸੀ ਕਿ ਇਹ 153 ਮੱਛੀਆਂ ਸਨ. And so as they were busy collecting ਜਦੋਂ ਉਸ ਮੱਛੀ ਨੂੰ ਇਕੱਠੇ ਕਰ ਰਹੇ ਸੀ and counting ਅਤੇ ਗਿਣ ਰਹੇ ਸੀ Jesus goes aside and he prepares a charcoal barbecue and puts fish and bread there for the disciples. ਉੱਥੇ ਉਹ ਕੋਲਿਆਂ ਦੀ ਅੱਗ ਜਲਾ ਕੇ ਉਸ ਦੇ ਉੱਪਰ ਮੱਛੀ ਰੱਖਦੇ ਹਨ. And I imagine now here it's early morning. ਮੈਂ ਸੋਚਦਾ ਹਾਂ ਕਿ ਇੱਕ ਬਹੁਤ ਅਰਲੀ ਸਵੇਰ ਦਾ ਸਮੇਂ ਹੋ ਗਿਆ. Perhaps there is a mist around the beach on the water. ਹੋ ਸਕਦਾ ਕਿ ਉੱਥੇ ਬਹੁਤ ਤਰੇਲ ਪਈ ਹੋਵੇ ਜਾਂ ਧੁੰਦ ਹੋਵੇ. And now Jesus also creates some kind of a smoke screen by the barbecue, the charcoal barbecue that he's preparing. ਜਦੋਂ ਉਹ ਉੱਥੇ ਕੋਲੇ ਜਲਾ ਰਹੇ ਸੀਗੇ ਹੋ ਸਕਦਾ ਕਿ ਉੱਥੇ ਧੂੰਆਂ ਹੋ ਗਿਆ ਹੋਵੇ. And he's creating a particular scene for one particular person that is apostle Peter. ਉਹ ਜੋ ਇਹ ਸਾਰਾ ਕੁਝ ਕਰ ਰਹੇ ਆ ਇੱਕ ਖਾਸ ਜੋ ਚੇਲਾ ਉਹਨਾਂ ਦਾ ਪਤਰਸ ਹੈ ਉਸ ਨੂੰ ਦਿਖਾਉਣ ਲਈ ਕਰ ਰਹੇ ਆ. Jesus as Peter comes out of the water ਜਦੋਂ ਪਤਰਸ ਪਾਣੀ ਤੋਂ ਬਾਹਰ ਆਉਂਦਾ ਹੈ and begins to walk around Jesus up to Jesus ਪ੍ਰਭੂ ਯਿਸੂ ਮਸੀਹ ਦੇ ਨੇੜੇ ਆਉਂਦਾ ਹੈ. By the way, one of the disciples has already recognized who this was. ਤਾਂ ਇੱਕ ਚੇਲਾ ਸੀ ਉਹ ਉਸਨੇ ਪਹਿਲਾਂ ਹੀ ਪ੍ਰਭੂ ਨੂੰ ਪਛਾਣ ਲਿਆ ਸੀ. It was John who was the writer. ਉਹ ਯਹੂਨਾ ਸੀ ਜਿਸਨੇ ਲਿਖਿਆ ਹੈ. And he told Peter, this is Jesus, this is Lord. He didn't say the name. ਉਸਨੇ ਪਤਰਸ ਨੂੰ ਕਿਹਾ ਸੀ ਕਿ ਇਹ ਪ੍ਰਭੂ ਹੈ. It is the Lord. ਉਸਨੇ ਕਿਹਾ ਕਿ ਇਹ ਪ੍ਰਭੂ ਹੈ. He is the risen Lord. ਇਹ ਪ੍ਰਭੂ ਜੋ ਜ਼ਿੰਦਾ ਹੋ ਗਿਆ ਹੈ. The one who had died. ਉਹ ਜਿਹੜਾ ਮਰ ਗਿਆ ਸੀ. The one who had left us. ਉਹ ਜਿਹੜਾ ਸਾਨੂੰ ਛੱਡ ਗਿਆ ਸੀ. The one we thought has gone and buried. ਜਾਂ ਉਹ ਜਿਹੜਾ ਜਿਸ ਨੂੰ ਅਸੀਂ ਜਾ ਕੇ ਦਬਾ ਦਿੱਤਾ. It is the Lord sitting standing right there on the beach. ਇਹ ਪਰਮੇਸ਼ਵਰ ਹੈ ਜਿਹੜਾ ਉਹ ਝੀਲ ਦੇ ਕਿਨਾਰੇ ਤੇ ਬੈਠਾ ਹੈ. Maybe the miracle of catching fish by the obedience of the word of Jesus opened their eyes. ਤਾਂ ਹੋ ਸਕਦਾ ਕਿ ਪ੍ਰਭੂ ਦਾ ਜੋ ਚਮਤਕਾਰ ਸੀ ਉਸਨੇ ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ. They not only recognized the miracle. ਉਹਨਾਂ ਨੇ ਉਸ ਚਮਤਕਾਰ ਨੂੰ ਹੀ ਨਹੀਂ ਪਛਾਣਿਆ. But beyond the miracle they saw the identity of the Lord Jesus Christ. ਅਤੇ ਉਸ ਤੋਂ ਅੱਗੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਵੀ ਪਛਾਣ ਲਿਆ. This is what the risen Lord does for us. ਇਹ ਹੈ ਜੋ ਜ਼ਿੰਦਾ ਪਰਮੇਸ਼ਵਰ ਸਾਡੇ ਲਈ ਕਰਦਾ ਹੈ. He did miracles before he was dead. ਉਹ ਪਹਿਲਾਂ ਜੋ ਹੈ ਉਹ ਚਮਤਕਾਰ ਕਰਦਾ ਹੈ. He continues to do miracles after he is risen. ਉਹ ਜਦੋਂ ਜ਼ਿੰਦਾ ਹੋ ਗਿਆ ਉਸ ਤੋਂ ਬਾਅਦ ਵੀ ਚਮਤਕਾਰ ਕਰਦਾ ਹੈ. He continues to do miracles today in your life. ਉਹ ਅੱਜ ਵੀ ਸਾਡੀਆਂ ਜ਼ਿੰਦਗੀਆਂ 'ਚ ਚਮਤਕਾਰ ਕਰਦਾ ਹੈ. But the question is, my dear friends, ਮੇਰੇ ਦੋਸਤੋ, ਪ੍ਰਸ਼ਨ ਇਹ ਹੈ, would we lift up our eyes beyond these miracles? ਕੀ ਅਸੀਂ ਆਪਣੀਆਂ ਅੱਖਾਂ ਜੋ ਹਨ ਉਹ ਇਹਨਾਂ ਚਮਤਕਾਰਾਂ ਤੋਂ ਪਰੇ ਲਿਜਾ ਸਕਦੇ ਹਾਂ? And see actually who is the creator of these miracles, the Lord. ਕਿ ਇਹ ਦੇਖ ਸਕਦੇ ਹਾਂ ਕਿ ਇਹ ਪਰਮੇਸ਼ਵਰ ਕੌਣ ਹੈ? Most of us are just busy with the miracles and we ask miracles and miracles and miracles in our lives and nothing else. ਸਾਡੇ ਜੋ ਬਹੁਤ ਲੋਕ ਇਸ ਗੱਲ ਨਾਲ ਹੀ ਖੁਸ਼ ਹੋ ਜਾਂਦੇ ਹਨ ਕਿ ਉਹਨਾਂ ਨੇ ਬਹੁਤ ਚਮਤਕਾਰ ਜ਼ਿੰਦਗੀ ਵਿੱਚ ਦੇਖ ਲਏ. But John says it is the Lord. ਯਹੂਨਾ ਕਹਿੰਦਾ ਹੈ ਕਿ ਇਹ ਤਾਂ ਪ੍ਰਭੂ ਹੈ. And their life was changing right away as soon as they recognized the Lord Jesus Christ. ਇੱਕਦਮ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਜਦੋਂ ਉਹਨਾਂ ਨੇ ਪਛਾਣਿਆ ਕਿ ਇਹ ਪ੍ਰਭੂ ਯਿਸੂ ਮਸੀਹ ਹਨ. Okay, now Jesus has prepared this barbecue for them. ਪ੍ਰਭੂ ਯਿਸੂ ਮਸੀਹ ਨੇ ਜੋ ਬਾਰਬੀਕਿਊ ਸੀ ਉਹਨਾਂ ਲਈ ਬਣਾਇਆ. And in, if you read verse 9 onwards, 9 ਆਇਤ ਤੋਂ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ, somebody please from verse 9 to 12. 9 ਤੋਂ 12 ਤੱਕ ਜੇ ਕੋਈ ਪੜ੍ਹ ਦੇਵੇ. So they saw charcoal fire. ਉਹਨਾਂ ਨੇ ਕੋਲਿਆਂ ਦੀ ਅੱਗ ਦੇਖੀ. ਹਾਂ ਯਾ ye prabhu hi hai. One of the verses that I like and love about it in verse 12, 12 number di jo ayat hai ki ya wo mainu badi pasand hai. And Jesus says, come and dine.
ਪ੍ਰਭੂ ਯਿਸੂ ਮਸੀਹ ਉੱਥੇ ਕਹਿੰਦੇ ਹਨ ਕਿ ਆਓ ਤੇ ਖਾਓ। Jesus says come and have breakfast। ਉਹ ਕਹਿੰਦੇ ਆਓ ਤੇ ਮੇਰੇ ਨਾਲ ਬ੍ਰੇਕਫਾਸਟ ਕਰੋ। Jesus knows your needs। ਪ੍ਰਭੂ ਨੂੰ ਤੁਹਾਡੀ ਜ਼ਰੂਰਤ ਦਾ ਪਤਾ ਹੈ। Jesus knows that you have worked all night and caught nothing। ਪ੍ਰਭੂ ਨੂੰ ਪਤਾ ਹੈ ਕਿ ਤੁਸੀਂ ਸਾਰੀ ਰਾਤ ਕੰਮ ਕੀਤਾ ਹੈ ਤੇ ਕੁਝ ਵੀ ਨਹੀਂ ਫੜਿਆ। So Jesus prepares food for you। ਤਾਂ ਪ੍ਰਭੂ ਯਿਸੂ ਮਸੀਹ ਤੁਹਾਡੇ ਲਈ ਭੋਜਨ ਬਣਾਉਂਦੇ ਹਨ। He invites you to come and dine with him। ਤੇ ਬੁਲਾਉਂਦੇ ਹਨ ਕਿ ਆ ਕੇ ਉਹਨਾਂ ਨਾਲ ਬੈਠ ਕੇ ਉਹ ਖਾਣ। It is an invitation from the creator। ਇਹ ਪਰਮੇਸ਼ਵਰ ਦੇ ਵੱਲੋਂ ਇੱਕ ਨਿਯੋਤਾ ਹੈ। It is an invitation from the risen Lord। ਇਹ ਜ਼ਿੰਦਾ ਪਰਮੇਸ਼ਵਰ ਦੁਆਰਾ ਇੱਕ ਨਿਯੋਤਾ ਹੈ। He is inviting you। ਉਹ ਤੁਹਾਨੂੰ ਨਿਯੋਤਾ ਦੇ ਰਿਹਾ ਹੈ। He is inviting his disciples। ਉਹ ਆਪਣੇ ਚੇਲਿਆਂ ਨੂੰ ਬੁਲਾ ਰਿਹਾ ਹੈ। He is inviting us। ਉਹ ਸਾਨੂੰ ਬੁਲਾ ਰਿਹਾ ਹੈ। To come and dine on his table at his fish barbecue। ਕਿ ਅਸੀਂ ਜਾ ਕੇ ਉਸਦੇ ਉਸ ਮੇਜ਼ ਉੱਤੇ ਬਹਿ ਕੇ ਉਸਦੇ ਨਾਲ ਉਹ ਜਿਹੜਾ ਫਿਸ਼ ਬਾਰਬੀਕਿਊ ਉਹਨਾਂ ਨੇ ਮੱਛੀ ਦਾ ਕੀਤਾ ਉਹਨੂੰ ਖਾਈਏ। And Jesus then does something else। ਤਾਂ ਪ੍ਰਭੂ ਯਿਸੂ ਮਸੀਹ ਤੇ ਇੱਕ ਹੋਰ ਗੱਲ ਕਰਦੇ ਹਨ। He asks these disciples। ਉਹ ਉਹਨਾਂ ਚੇਲਿਆਂ ਨੂੰ ਕਹਿੰਦੇ ਹਨ। Bring some of the fish that you have caught। ਕਿ ਜਿਹੜੀ ਉਹ ਮੱਛੀ ਤੁਸੀਂ ਕੁਝ ਫੜੀ ਆ ਉਸ ਨੂੰ ਲੈ ਕੇ ਆਓ। He didn't say I made you, I gave you those fish। ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਮੱਛੀ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ। He is giving them the credit। ਉਹ ਉਹਨਾਂ ਨੂੰ ਇਸ ਗੱਲ ਕਰਨ ਦਾ ਜੋ ਹੈ ਉਹ credit dende ha। Jesus did a miracle by helping them catch fish in abundance। Prabhu Yasum Singh ne chamatkar kita ki oh enni machhi phad sake। Jesus did another miracle for them। Prabhu Yasum Singh ne ek hor chamatkar kita। Out of nothing he prepared the charcoal barbecue। Kuch na bhi hunde hoye bhi us jagah de utte kolyan di ag jalai। He had fish there, he had bread there। Ohna kol utthe machhi si te roti si। He did not need their fish। ਉਹਨਾਂ ਨੂੰ ਤਾਂ ਉਸ ਮੱਛੀ ਦੀ ਉਹਨਾਂ ਦੀ ਮੱਛੀ ਦੀ ਜ਼ਰੂਰਤ ਵੀ ਨਹੀਂ ਸੀ। But he wants their participation। ਪਰ ਉਹ ਚਾਹੁੰਦੇ ਸਨ ਕਿ ਉਹ ਇਸ ਵਿੱਚ ਹਿੱਸਾ ਲੈਣ। He wants them whatever you have, whatever you got now, bring it to the Lord। ਉਹ ਇਹ ਚਾਹੁੰਦੇ ਸਨ ਕਿ ਜੋ ਉਹਨਾਂ ਦੇ ਕੋਲ ਸੀ ਉਹ ਪ੍ਰਭੂ ਕੋਲ ਲੈ ਕੇ ਆਉਂਦੇ। I only gave you। ਉਹ ਕਹਿੰਦੇ ਹਨ ਕਿ ਮੈਂ ਤੁਹਾਨੂੰ ਦਿੱਤਾ ਹੈ। But I want it to be also brought to me so that we can come and dine together। Hallelujah। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕੋਲ ਲੈ ਕੇ ਆਓ ਤਾਂ ਕਿ ਅਸੀਂ ਇਕੱਠੇ ਬੈਠ ਕੇ ਖਾਈਏ। And this is what Jesus does to these disciples that he invites them to bring their fish and put it on the barbecue and come and have breakfast। ਪ੍ਰਭੂ ਯਿਸੂ ਮਸੀਹ ਇਸੇ ਤਰ੍ਹਾਂ ਕਰਦੇ ਹਨ ਕਿ ਉਹਨਾਂ ਚੇਲਿਆਂ ਨੂੰ ਕਹਿੰਦੇ ਹਨ ਕਿ ਉਹ ਲੈ ਕੇ ਆਉਣ, ਉਹ ਪਕਾਉਣ ਤੇ ਉਹ ਸਾਰੇ ਬੈਠ ਕੇ ਖਾਣ। And he didn't say a word after until they finished their breakfast। ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜਦੋਂ ਤੱਕ ਉਹਨਾਂ ਨੇ ਪੂਰਾ ਖਾਣਾ ਖਾ ਨਾ ਲਿਆ। He did not chide them, he did not do anything that they will be put off। ਉਹਨਾਂ ਨੇ ਉਹਨਾਂ ਨੂੰ ਸ਼ਰਮਿੰਦੇ ਕਰਨ ਲਈ ਕੋਈ ਗੱਲ ਨਹੀਂ ਉਸ ਸਮੇਂ ਕਹੀ। But the fourth important thing happens। ਪਰ ਚੌਥੀ ਗੱਲ ਜੋ ਹੈ ਜੋ ਹੁੰਦੀ ਹੈ। An encounter with the living Lord turns denials into restoration। ਤਾਂ ਇਹ ਜੋ ਚੌਥੀ ਗੱਲ ਜੋ ਹੁੰਦੀ ਹੈ ਉਸ ਪ੍ਰਭੂ ਦਾ ਸਾਹਮਣਾ, ਜ਼ਿੰਦਾ ਪ੍ਰਭੂ ਦਾ ਸਾਹਮਣਾ ਜਿਹਾ ਹੈ, ਉਹ ਜੋ ਇਨਕਾਰ ਹੈ ਉਸ ਨੂੰ ਉਹ ਇੱਕ ਸਾਡੀ ਉਸ ਨੂੰ ਮੰਨਣ ਦੀ ਅਵਸਥਾ ਵਿੱਚ ਬਦਲਦਾ ਹੈ। Jesus now turns his full attention to Peter। ਪ੍ਰਭੂ ਜਿਹੜੇ ਹਨ ਉਹ ਆਪਣਾ ਪੂਰਾ ਧਿਆਨ ਪਤਰਸ ਵੱਲ ਦਿੰਦੇ ਹਨ। Why Peter alone? ਪਤਰਸ ਇਕੱਲਾ ਹੀ ਕਿਉਂ? Because he is the one who denied Jesus in a similar scene। ਕਿਉਂਕਿ ਉਹ ਇਕੱਲਾ ਹੀ ਸੀ ਜਿਸਨੇ ਪ੍ਰਭੂ ਦਾ ਇਨਕਾਰ ਕੀਤਾ। For a moment imagine Peter, what is going on in Peter's heart। ਤੁਸੀਂ ਸੋਚੋ ਕਿ ਪਤਰਸ ਦੇ ਦਿਲ ਵਿੱਚ ਕੀ ਹੋ ਰਿਹਾ ਹੋਵੇ। It's a chilly morning। ਇੱਕ ਠੰਡੀ ਸਵੇਰ ਸੀ। It's a charcoal fire। ਇਹ ਇੱਕ ਕੋਲਿਆਂ ਦੀ ਅੱਗ ਸੀ। And there is Jesus sitting। ਅਤੇ ਪ੍ਰਭੂ ਯਿਸੂ ਮਸੀਹ ਉੱਥੇ ਬੈਠੇ ਹਨ। And now Jesus turns his attention to Peter। ਪ੍ਰਭੂ ਯਿਸੂ ਮਸੀਹ ਪਤਰਸ ਵੱਲ ਦੇਖਦੇ ਹਨ। Looks straight in his eyes। ਉਸਦੀਆਂ ਅੱਖਾਂ ਵਿੱਚ ਦੇਖਦੇ ਹਨ। And asks him some surgical questions। ਉਸ ਨੂੰ ਇੱਕ ਬਹੁਤ ਸੀਰੀਅਸ ਪ੍ਰਸ਼ਨ ਪੁੱਛਦੇ ਹਨ। Very deep questions। ਬਹੁਤ ਡੂੰਘਾ ਪ੍ਰਸ਼ਨ ਪੁੱਛਦੇ ਹਨ। Peter, do you love me? ਪਤਰਸ, ਕੀ ਤੂੰ ਮੈਨੂੰ ਪਿਆਰ ਕਰਦਾ ਹੈ? 3 times Jesus asked him। 3 ਵਾਰੀ ਪ੍ਰਭੂ ਨੇ ਉਸ ਨੂੰ ਪੁੱਛਿਆ। Again probably reminding Jesus, reminding Peter that he had denied him 3 times। ਇਹ ਉਸ ਗੱਲ ਨੂੰ ਯਾਦ ਦਿਲਾ ਰਿਹਾ ਸੀ ਜਦੋਂ ਪਤਰਸ ਨੇ 3 ਵਾਰ ਪ੍ਰਭੂ ਦਾ ਇਨਕਾਰ ਕੀਤਾ ਸੀ। He leads him to confession 3 times। ਉਹ 3 ਵਾਰੀ ਉਸ ਤੋਂ ਇਸ ਗੱਲ ਨੂੰ ਮੰਨਵਾਉਂਦੇ ਹਨ। And 3 times Jesus gives him the commission to do what he had in store for him। ਅਤੇ 3 ਵਾਰ ਉਹ ਉਸ ਨੂੰ ਉਹ ਕਹਿੰਦੇ ਹਨ ਕਰਨ ਨੂੰ ਜੋ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਹਿਣਾ ਸੀ। Peter had failed him। ਪਤਰਸ ਜਿਹੜਾ ਸੀ ਉਹ ਉਹਨਾਂ ਨੂੰ ਫੇਲ ਕਰ ਦਿੱਤਾ। Peter had denied him। ਪਤਰਸ ਨੇ ਜੋ ਸੀ ਉਹਨਾਂ ਦਾ ਇਨਕਾਰ ਕਰ ਦਿੱਤਾ। Peter had no hope। ਪਤਰਸ ਦੇ ਕੋਲ ਕੋਈ ਆਸ਼ਾ ਨਹੀਂ ਸੀ। The risen Lord Jesus Christ comes along। ਜ਼ਿੰਦਾ ਪਰਮੇਸ਼ਵਰ ਜਦੋਂ ਆਉਂਦੇ ਹਨ। Leads his denials into confessions। ਉਸ ਦੀ ਜੋ ਇਹ ਨਾ ਮੰਨਣ ਦੀ ਹਾਲਤ ਸੀ।
ਉਸ ਨੂੰ ਉਹ ਮਨਵਾਉਣ ਦੇ ਵਿੱਚ ਕਰਦੇ ਹਨ ਲੀਡਸ ਹਿਮ ਟੂ ਫੋਰਗਿਵਨੈਸ ਹਾਲੇਲੂਯਾ ਉਸ ਨੂੰ ਜੋ ਹੈ ਮਾਫੀ ਦਿੰਦੇ ਹਨ ਐਂਡ ਲੀਡਸ ਹਿਮ ਟੂ ਰੈਸਟੋਰਿੰਗ ਹਿਸ ਫੈਲੋਸ਼ਿਪ ਵਿਦ ਦ ਲਿਵਿੰਗ ਲਾਰਡ ਅਤੇ ਉਸ ਜ਼ਿੰਦਾ ਪਰਮੇਸ਼ਵਰ ਨਾਲ ਉਸ ਦੀ ਜੋ ਸਥਿਤੀ ਹੈ ਉਸ ਨੂੰ ਬਹਾਲ ਕਰਦੇ ਹਨ ਐਂਡ ਲੀ ਐਂਡ ਗਿਵਸ ਹਿਮ ਕਮਿਸ਼ਨ ਟੂ ਡੂ ਦ ਟਾਸਕ ਆਫ ਦ ਪਾਸਟਰਲ ਕੇਅਰ ਆਫ ਦ ਚਰਚ ਦੈਟ ਗੋਡ ਵਾਸ ਅਬਾਊਟ ਟੂ ਇਨੋਗਰੇਟ ਅਤੇ ਉਸ ਨੂੰ ਆਗਿਆ ਦਿੰਦੇ ਹਨ ਕਿ ਜੋ ਪਰਮੇਸ਼ਵਰ ਚਰਚ ਬਣਾਉਣ ਜਾ ਰਿਹਾ ਹੈ ਉਸ ਨੂੰ ਉਸ ਨੇ ਕਿਸ ਤਰ੍ਹਾਂ ਅਗਵਾਈ ਕਰਨੀ ਹੈ ਉਸ ਦੀ ਸੋ ਇਨ ਚੈਪਟਰ 21 verse 15 to 17 15 to 17 ayat de vich it's a little longer but I'll take this time to discuss about the questions that Jesus asked him ta eh thoda ja lamma hai par phir vi assi is nu dhyan na padhange the first word that there are different words for the word for love in the greek language greek bhasha de vich ਪਿਆਰ ਨੂੰ ਅਲੱਗ ਅਲੱਗ ਸ਼ਬਦਾਂ ਨਾਲ ਕਿਹਾ ਜਾਂਦਾ ਹੈ ਵਨ ਆਫ ਦ ਵਰਡਸ ਦੈਟ ਜੀਸਸ ਯੂਜ਼ਡ ਇੱਕ ਸ਼ਬਦ ਜੋ ਪ੍ਰਭੂ ਯਸੂ ਨੇ ਚੁਣਿਆ ਵਾਸ ਅਗਾਪੇ ਉਸ ਨੂੰ ਅਗਾਪੇ ਕਿਹਾ ਜਾਂਦਾ ਹੈ ਡੂ ਯੂ ਲਵ ਮੀ ਉਹ ਕਹਿੰਦਾ ਕੀ ਤੂੰ ਮੈਨੂੰ ਪਿਆਰ ਕਰਦਾ ਹੈ ਡੂ ਯੂ ਲਵ ਮੀ ਵਿਦ ਅ ਸੈਲਫਲੈਸ ਡਿਵਾਈਨ ਲਵ ਦੈਟ ਡਸ ਨਾਟ ਲੁੱਕ ਫਾਰ ਐਨੀਥਿੰਗ ਬਟ ਲਵਸ ਅਨਸੈਲਫਿਸ਼ਲੀ ਕੀ ਤੂੰ ਉਸ ਪਿਆਰ ਮੈਨੂੰ ਉਸ ਤਰ੍ਹਾਂ ਪਿਆਰ ਕਰਦਾ ਹੈ ਜਿਸ ਵਿੱਚ ਕੋਈ ਸਵਾਰਥ ਨਾ ਹੋਵੇ ਪੀਟਰ ਰਿਪਲਾਈਜ਼ ਹਿਮ ਪਤਰਸ ਕਹਿੰਦਾ ਹੈ ਲਾਰਡ ਆਈ ਲਵ ਯੂ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ ਹਾਂ ਐਂਡ ਦ ਇੰਟਰਸਟਿੰਗ ਥਿੰਗ ਇਜ਼ ਜੀਸਸ ਡਸ ਨਾਟ ਐਡਰੈਸ ਹਿਮ ਪੀਟਰ ਇੱਥੇ ਦੇਖਣ ਵਾਲੀ ਗੱਲ ਹੈ ਕਿ ਪ੍ਰਭੂ ਯਸੂ ਨੇ ਉਸ ਨੂੰ ਕੇਵਲ ਪਤਰਸ ਹੀ ਨਹੀਂ ਕਿਹਾ ਹੀ ਸੇਜ਼ ਸਾਈਮਨ ਸਨ ਆਫ ਜਾਨ ਆਈ ਨੋ ਯੂਰ ਫਾਦਰ ਐਂਡ ਆਈ ਨੋ ਯੂ ਉਹਨਾਂ ਨੇ ਕਿਹਾ ਕਿ ਸ਼ਮਾਉਨ ਯਹੂਨਾ ਦੇ ਪੁੱਤਰ Do you love me? ਕੀ ਤੂੰ ਮੈਨੂੰ ਪਿਆਰ ਕਰਦਾ ਹੈ? More than these. ਇਹਨਾਂ ਦੂਜਿਆਂ ਦੇ ਨਾਲੋਂ ਜ਼ਿਆਦਾ? Do you agape me? Love me with this unselfish love? ਕੀ ਤੂੰ ਇੱਕ ਨਿਸਵਾਰਥ ਪਿਆਰ ਜੋ ਹੈ ਉਹ ਮੈਨੂੰ ਕਰਦਾ ਹੈ? More than these. ਇਹਨਾਂ ਸਾਰੇ ਦੂਜੇ ਬਾਕੀਆਂ ਦੇ ਨਾਲੋਂ? These what? ਦੂਜੇ ਕੌਣ? More than these what? ਦੂਜੇ ਇਹ ਕੌਣ ਸੀਗੇ? These disciples? ਕੀ ਇਹ ਚੇਲੇ? Or these things? ਜਾਂ ਇਹ ਚੀਜ਼ਾਂ ਜਿਹੜੀਆਂ ਦੂਸਰੀਆਂ ਹਨ? Your boat? ਤੇਰੀ ਕਿਸ਼ਤੀ ਯੋਰ ਨੈਟ ਤੇਰਾ ਜਾਲ ਯੋਰ ਫਿਸ਼ਿੰਗ ਪ੍ਰੋਫੈਸ਼ਨ ਤੇਰਾ ਜੋ ਮੱਛੀ ਫੜਨ ਦਾ ਜੋ ਕੰਮ ਹੈ ਲਾਈਫ ਤੇਰੀ ਪੁਰਾਣੀ ਜ਼ਿੰਦਗੀ ਹੈ ਆਲ ਦੈਟ ਯੂ ਲਵ ਟੂ ਡੂ ਉਹ ਸਾਰੇ ਕੰਮ ਜਿਹੜੇ ਤੂੰ ਕਰਨਾ ਪਸੰਦ ਕਰਦਾ ਹੈ ਡੂ ਯੂ ਲਵ ਮੀ ਵਿਦ ਅ ਸੈਲਫਲੈਸ ਲਵ ਮੋਰ ਦੈਨ ਥੀਸ ਥਿੰਗਸ ਕੀ ਤੂੰ ਮੈਨੂੰ ਨਿਸਵਾਰਥ ਪਿਆਰ ਕਰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ And maybe Jesus also meant more than these guys. Ho sakda ki prabhu ne kya hove ki ina baki de lokan naal. Remember Jesus Peter was always ahead of others. Tuhanu yaad hove Petrus jo sab to agge hunda si hamesha. He said earlier on when they were in the upper room when Jesus was washing their feet. Jado upparle kamre vich prabhu Yesu ne inade pair dhote ta udon usne kiya si. You will never wash my feet. Ki prabhu tu kadi mere pair nahi dho sakda. Ah come on Peter you're going to deny me tonight. ਤਾਂ ਪ੍ਰਭੂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਅੱਜ ਰਾਤ ਹੀ ਤੂੰ ਮੇਰਾ ਤਿੰਨ ਵਾਰ ਇਨਕਾਰ ਕਰੇਗਾ ਪੀਟਰ ਕਲੇਮਡ ਤੇ ਪਤਰਸ ਕਹਿੰਦਾ ਹੈ ਨੋ ਲਾਰਡ ਦੈਟ ਵਿਲ ਨੈਵਰ ਹੈਪਨ ਉਹ ਕਹਿੰਦਾ ਪ੍ਰਭੂ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਆਈ ਐਮ ਵਿਲਿੰਗ ਟੂ ਲੇ ਮਾਈ ਲਾਈਫ ਫਾਰ ਯੂ ਮੈਂ ਤਾਂ ਤੇਰੇ ਲਈ ਆਪਣੀ ਜ਼ਿੰਦਗੀ ਦੇ ਦੇਵਾਂਗਾ ਐਂਡ ਦੈਨ ਇਨ ਦ ਗਾਰਡਨ ਆਫ ਗੈਥਸਮਨੀ ਜਦੋਂ ਗੈਥਸਮਨੀ ਦੇ ਬਾਗ ਦੇ ਵਿੱਚ ਪੀਟਰ ਬ੍ਰਿੰਗਸ ਆਊਟ ਹਿਸ ਸਵਰਡ ਐਂਡ ਕੱਟਸ ਵਨ ਆਫ ਦ ਸਰਵੈਂਟਸ ਈਅਰਸ ਪਤਰਸ ਨੇ ਜਦੋਂ ਤਲਵਾਰ ਕੱਢ ਕੇ ਇੱਕ ਸੈਨਿਕ ਦਾ ਜਦੋਂ ਕੰਨ ਕੱਟ ਦਿੱਤਾ ਸੀ ਬਟ ਦੈਨ ਇਨ ਦ ਸੇਮ ਨਾਈਟ ਹੀ ਹੈਡ ਡਿਨਾਈਡ ਜੀਸਸ ਅਤੇ ਉਸੇ ਹੀ ਰਾਤ ਉਸਨੇ ਪ੍ਰਭੂ ਦਾ ਇਨਕਾਰ ਕਰ ਦਿੱਤਾ ਐਂਡ ਦੈਰਫੋਰ ਦ ਲਾਰਡ ਚੂਜ਼ਸ ਪੀਟਰ ਟੂ ਬੀ ਡੈਲਟ ਵਿਦ ਪਾਰਟਿਕੂਲਰਲੀ ਤਾਂ ਪ੍ਰਭੂ ਨੇ ਚੁਣਿਆ ਕਿ ਇਸ ਪਤਰਸ ਨਾਲ ਉਹ ਖਾਸ ਤੌਰ ਤੇ ਮਿਲਣ The answer that Peter gives, ਜਿਹੜਾ ਉੱਤਰ ਸੀ ਪਤਰਸ ਨੇ ਦਿੱਤਾ Yes Lord I love you. ਹਾਂ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ ਹਾਂ You know that I love you. ਤੂੰ ਜਾਣਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ Jesus used the word agape. ਪ੍ਰਭੂ ਯਸੂ ਮਸੀਹ ਨੇ ਉੱਥੇ ਜਿਹੜਾ ਸ਼ਬਦ ਚੁਣਿਆ ਸੀ ਉਹ ਸੀ agape. Peter uses the word philio. ਪਤਰਸ ਨੇ ਜੋ ਸ਼ਬਦ ਸੁਣਿਆ ਸੀ ਉਹ ਸੀ philio. Friendly love. ਉਹ ਸੀ ਕਿ ਇੱਕ ਮਿੱਤਰਤਾ ਵਾਲਾ ਪਿਆਰ ਲਵ ਅਮੰਗ ਫਰੈਂਡਸ ਜਿਹੜਾ ਦੋਸਤਾਂ ਦੇ ਵਿੱਚ ਪਿਆਰ ਹੁੰਦਾ ਹੈ ਲਵ ਅਮੰਗ ਚਿਲਡਰਨ ਐਂਡ ਪੇਰੈਂਟਸ ਜਿਹੜਾ ਬੱਚਿਆਂ ਨਾਲ ਤੇ ਆਪਣੇ ਪਰਿਵਾਰ ਨਾਲ ਮਾਂ ਪਿਓ ਨਾਲ ਪਿਆਰ ਹੁੰਦਾ ਹੈ ਹੀ ਕਨਫੈਸ ਦੈਟ ਯੂ نو ਲਾਰਡ ਯੂ ਆਰ ਆਸਕਿੰਗ ਮੀ ਵੈਦਰ ਆਈ ਲਵ ਯੂ ਵਿਦ ਦ ਅਗਾਪੇ ਲਵ ਦ ਸੈਲਫਲੈਸ ਡਿਵਾਈਨ ਲਵ ਨੋ ਆਈ ਡੋਨਟ ਉਸਨੇ ਇਸ ਗੱਲ ਨੂੰ ਮੰਨ ਲਿਆ ਕਿ ਪ੍ਰਭੂ ਜੀ ਤੂੰ ਕਹਿੰਦਾ ਹੈ ਕਿ ਨਿਸਵਾਰਥ ਪਿਆਰ ਮੈਨੂੰ ਕਰਦਾ ਹੈ ਉਹ ਮੈਂ ਨਹੀਂ ਕਰਦਾ ਹਾਂ ਨੋ ਐਂਡ ਆਈ ਐਮ ਲਵਿੰਗ ਯੂ ਯੈਸ ਆਈ ਲਵ ਯੂ ਲਾਈਕ ਅ ਫਰੈਂਡ ਮੈਂ ਤੈਨੂੰ ਪਿਆਰ ਤਾਂ ਕਰਦਾ ਹਾਂ ਪਰ ਮੈਂ ਤੈਨੂੰ ਇੱਕ ਦੋਸਤ ਦੀ ਤਰ੍ਹਾਂ ਪਿਆਰ ਕਰਦਾ ਹਾਂ ਸਟਿਲ ਜੀਸਸ ਐਕਸੈਪਟਡ ਦੈਟ ਫਿਰ ਵੀ ਪ੍ਰਭੂ ਨੇ ਉਸ ਨੂੰ ਕਬੂਲ ਕੀਤਾ ਐਂਡ ਸੈਡ ਫੀਡ ਮਾਈ ਲੈਮਸ ਅਤੇ ਕਿਹਾ ਕਿ ਮੇਰੇ ਲੇਲਿਆਂ ਨੂੰ ਚਰਾ ਸੈਕੰਡ ਕੁਐਸਚਨ
ਦੂਸਰਾ ਸਵਾਲ, ਸਾਈਮਨ ਸਨ ਆਫ ਜੌਨ ਡੂ ਯੂ ਲਵ ਮੀ, ਸ਼ਮਾਉਨ ਯਹੂਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈ, ਅਗੇਨ ਵਿਦ ਦੀ ਅਗਾਪੇ ਲਵ, ਕੀ ਤੂੰ ਫੇਰ ਉਸਨੇ ਸਵਾਰਥ ਪਿਆਰ, ਜੌਨ ਅਗੇਨ ਸੇਜ਼ ਯੈਸ ਆਈ ਲਵ ਯੂ ਲਾਰਡ ਵਿਦ ਦ ਫਰੈਂਡਲੀ ਲਵ, ਪਤਰਸ ਫੇਰ ਕਹਿੰਦਾ ਹੈ ਕਿ ਮੈਂ ਉਸ ਜਿਹੜਾ ਦੋਸਤਾਂ ਵਾਲਾ ਪਿਆਰ ਹੈ ਉਸ ਨਾਲ ਪਿਆਰ ਕਰਦਾ ਹਾਂ, ਤੈਨੂੰ ਜੀਸਸ ਅਗੇਨ ਗਿਵਸ ਹਿਮ ਦ ਬੈਨੀਫਿਟ ਆਫ ਡਾਊਟ ਐਂਡ ਐਕਸੈਪਟਸ ਹਿਸ ਲਵ, ਪ੍ਰਭੂ ਯਿਸੂ ਮਸੀਹ ਫੇਰ ਉਸ ਨੂੰ ਕਬੂਲ ਕਰਦੇ ਹਨ, ਐਂਡ ਹੀ ਸੇਜ਼ ਟੈਂਡ ਮਾਈ ਸ਼ੀਪ, ਉਹ ਕਹਿੰਦੇ ਮੇਰੀਆਂ ਜਿਹੜੀਆਂ ਭੇਡਾਂ ਹਨ ਉਹਨਾਂ ਨੂੰ ਚਰਾ, ਐਂਡ ਦ ਥਰਡ ਟਾਈਮ ਅਗੇਨ ਇਨ ਵਰਸ 17, ਤੀਜੀ ਵਾਰ ਜਦੋਂ 17 ਆਇਤ ਵਿੱਚ ਦੇਖੀਏ, ਸਾਈਮਨ ਸਨ ਆਫ ਜੌਨ, ਯਹੂਨਾ ਦੇ ਪੁੱਤਰ, ਡੂ ਯੂ ਲਵ ਮੀ, ਕੀ ਤੂੰ ਮੈਨੂੰ ਪਿਆਰ ਕਰਦਾ ਹੈ, ਜੀਸਸ ਚੇਂਜ ਦ ਵਰਡ ਫਰਮ ਅਗਾਪੇ ਟੂ ਫਿਲਿਓ, ਤਾਂ ਪ੍ਰਭੂ ਯਿਸੂ ਮਸੀਹ ਉੱਥੇ ਜਿਹੜਾ ਨਿਸਵਾਰਥ ਪਿਆਰ ਅਗਾਪੇ ਹੈ ਉਸ ਨੂੰ ਬਦਲ ਕੇ ਇੱਕ ਦੋਸਤਾਂ ਵਾਲਾ ਪਿਆਰ ਫਿਲਿਓ ਉਹ ਸ਼ਬਦ ਵਰਤਦੇ ਹਨ, ਹੀ ਇਜ਼ ਨਾਟ ਆਸਕਿੰਗ ਸਾਈਮਨ ਪੀਟਰ ਅਗੇਨ ਡੂ ਯੂ ਲਵ ਮੀ ਵਿਦ ਦੀ ਸੈਲਫਲੈਸ ਡਿਵਾਈਨ ਲਵ, ਉਹ ਇਸ ਵਾਰ ਪਤਰਸ ਯਹੂਨਾ ਦੇ ਪੁੱਤਰ ਨਹੀਂ ਕਹਿੰਦੇ, ਸਿਰਫ ਇੰਨਾ ਕਹਿੰਦੇ ਹਨ ਕਿ ਕੀ ਤੂੰ ਮੈਨੂੰ ਪਿਆਰ ਕਰਦਾ ਹੈ, ਓਕੇ ਯੂ ਹੈਵ ਸੈਡ ਇਟ ਟਵਾਈਸ ਦੈਟ ਯੂ ਲਵ ਮੀ ਵਿਦ ਦ ਫਰੈਂਡਲੀ ਲਵ, ਉਹ ਕਹਿੰਦੇ ਦੋ ਵਾਰ ਤਾਂ ਤੂੰ ਕਹਿ ਦਿੱਤਾ ਕਿ ਇੱਕ ਦੋਸਤਾਂ ਦੀ ਤਰ੍ਹਾਂ ਤੂੰ ਮੈਨੂੰ ਪਿਆਰ ਕਰਦਾ ਹੈ, ਜੀਸਸ ਆਸਕ ਹਿਮ ਥਰਡ ਟਾਈਮ ਅਗੇਨ, ਪਰ ਤੀਜੀ ਵਾਰ ਪ੍ਰਭੂ ਯਿਸੂ ਮਸੀਹ ਉਸ ਨੂੰ ਪੁੱਛਦੇ ਹਨ, ਡੂ ਯੂ ਰੀਅਲੀ ਲਵ ਮੀ ਈਵਨ ਵਿਦ ਦੈਟ ਫਰੈਂਡਲੀ ਲਵ ਦੈਟ ਯੂ ਕਲੇਮ ਟੂ ਹੈਵ, ਕੀ ਤੂੰ ਸੱਚਮੁੱਚ ਹੀ ਉਹ ਜਿਹੜਾ ਦੋਸਤਾਂ ਵਾਲਾ ਪਿਆਰ ਕਹਿੰਦਾ ਹੈ ਉਸ ਦੇ ਨਾਲ ਮੈਨੂੰ ਪਿਆਰ ਕਰਦਾ ਹੈ, ਪੀਟਰ ਇਜ਼ ਨਾਓ ਬ੍ਰੋਕਨ, ਤਾਂ ਪਤਰਸ ਜੋ ਹੈ ਉਹ ਟੁੱਟ ਜਾਂਦਾ ਹੈ, ਇਟ ਸੇਜ਼ ਇਟ ਹਰਟ ਹਿਮ, ਉਸ ਦੇ ਨਾਲ ਉਸਨੂੰ ਬਹੁਤ ਦੁੱਖ ਹੁੰਦਾ ਹੈ, ਹੀ ਰਿਅਲਾਈਜ਼ਸ ਇਟ ਇਜ਼ ਹੀ ਇਜ਼ ਇਨ ਫਰੰਟ ਆਫ ਦ ਲਿਵਿੰਗ ਲਾਰਡ ਹੂ ਇਜ਼ ਅ ਗਾਡ, ਉਸ ਨੂੰ ਇਹ ਪਤਾ ਚੱਲਦਾ ਹੈ ਕਿ ਉਹ ਇੱਕ ਸੱਚੇ ਜਿੰਦਾ ਪਰਮੇਸ਼ਵਰ ਦੇ ਸਾਹਮਣੇ ਹੈ, ਹੀ ਨੋਜ਼ ਐਵਰੀਥਿੰਗ, ਉਹ ਪਰਮੇਸ਼ਵਰ ਜੋ ਸਭ ਕੁਝ ਜਾਣਦਾ ਹੈ, ਪੀਟਰ ਵਾਸ ਗ੍ਰੀਵਡ, ਜੋ ਪਤਰਸ ਹੈ ਉਸਨੂੰ ਬਹੁਤ ਦੁੱਖ ਹੁੰਦਾ ਹੈ, ਐਂਡ ਹੀ ਸੇਜ਼ ਇਨ ਰਿਸਪੌਂਸ, ਅਤੇ ਉਸ ਵਾਪਸ ਇਹ ਕਹਿੰਦਾ ਹੈ, ਲਾਰਡ ਯੂ ਨੋ ਐਵਰੀਥਿੰਗ, ਉਹ ਕਹਿੰਦਾ ਹੈ ਪ੍ਰਭੂ ਤੂੰ ਸਭ ਜਾਣਦਾ ਹੈ, ਯੂ ਨੋ ਮਾਈ ਲਵ, ਤੂੰ ਮੇਰਾ ਪਿਆਰ ਜਾਣਦਾ ਹੈ, ਇਟ ਇਜ਼ ਜਸਟ ਐਨ ਆਰਡੀਨਰੀ ਫਰੈਂਡਲੀ ਲਵ, ਆਮ ਨਾਟ ਕੇਪੇਬਲ ਆਫ ਦ ਲਵ ਦੈਟ ਯੂ ਆਰ ਆਸਕਿੰਗ ਇਨ ਫਰਮ ਮੀ, ਇਹ ਤਾਂ ਉਹ ਸਧਾਰਨ ਪਿਆਰ ਹੈ ਜੋ ਦੋਸਤਾਂ ਨਾਲ ਹੁੰਦਾ ਹੈ, ਇਹ ਉਸ ਨਿਸਵਾਰਥ ਪਿਆਰ ਦੀ ਤਰ੍ਹਾਂ ਨਹੀਂ ਹੈ, ਐਂਡ ਹਿਸ ਓਨੈਸਟੀ ਵਾਸ ਐਕਸੈਪਟਡ ਬਾਈ ਦ ਲਾਰਡ ਜੀਸਸ, ਤਾਂ ਉਸ ਦੀ ਜੋ ਇਹ ਸਿੱਧੀ ਗੱਲ ਸੀ ਜੋ ਪਰਮੇਸ਼ਵਰ ਨੂੰ ਬਹੁਤ ਪਸੰਦ ਆਈ, ਆਈ ਬਿਲੀਵ ਜੀਸਸ ਮਸਟ ਹੈਵ ਐਮਬ੍ਰੇਸਡ ਹਿਮ ਰਾਈਟ ਥੇਅਰ, ਹੋ ਸਕਦਾ ਪ੍ਰਭੂ ਨੇ ਉਦੋਂ ਹੀ ਉਸ ਨੂੰ ਗਲੇ ਲਵਾ ਲਿਆ ਹੋਵੇ, ਬਿਕਾਜ਼ ਜੀਸਸ ਗੋਜ਼ ਅਲੋਂਗ ਐਂਡ ਸੇਜ਼ ਟੂ ਹਿਮ ਐਂਡ ਟਾਕਸ ਟੂ ਹਿਮ ਐਂਡ ਰਿਸਟੋਰਸ ਹਿਮ ਐਂਡ ਫੋਰਗਿਵਸ ਹਿਮ, ਬਾਅਦ ਵਿੱਚ ਉਹ ਪ੍ਰਭੂ ਯਿਸੂ ਮਸੀਹ ਉਸ ਨਾਲ ਗੱਲਬਾਤ ਕਰਦੇ, ਉਸ ਨਾਲ ਤੁਰ ਕੇ ਜਾਂਦੇ ਤੇ ਉਸ ਨੂੰ ਬਹਾਲ ਕਰਦੇ ਹਨ, ਦੇਰ ਵਾਸ ਸੋ ਮੈਨੀ ਅਦਰ ਥਿੰਗਸ ਆਈ ਵਾਂਟ ਯੂ ਟੂ ਸੇ ਬਟ ਆਰ ਟਾਈਮ ਇਜ਼ ਅਪ, ਬਹੁਤ ਗੱਲਾਂ ਹਨ ਜਿਹੜੀਆਂ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਪਰ ਸਾਡੇ ਕੋਲ ਸਮਾਂ ਨਹੀਂ ਹੈ, ਦ ਫਿਫਥ ਥਿੰਗ ਦੈਟ ਹੈਪਨਡ ਦੈਟ ਡੇ, ਪੰਜਵੀਂ ਗੱਲ ਜਿਹੜੀ ਉੱਥੇ ਹੋਈ ਸੀ, ਦ ਐਨਕਾਊਂਟਰ ਵਿਦ ਦ ਲਿਵਿੰਗ ਲਾਰਡ ਜੀਸਸ ਕ੍ਰਾਈਸਟ, ਜ਼ਿੰਦਾ ਪਰਮੇਸ਼ਵਰ ਪ੍ਰਭੂ ਯਿਸੂ ਨੂੰ ਮਿਲਣਾ, ਦੈਟ ਡਿਮਾਂਡਸ ਦੈਟ ਵੀ ਫਾਲੋ ਹਿਮ, ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਪਿੱਛਾ ਕਰੀਏ, ਨਾਓ ਆਫਟਰ ਹੀ ਇਜ਼ ਰਿਸਟੋਰਡ ਇਨਟੂ ਫੈਲੋਸ਼ਿਪ, ਜਦੋਂ ਉਹ ਵਾਪਸ ਬਹਾਲ ਹੋ ਜਾਂਦਾ ਹੈ, ਪੀਟਰ ਇਜ਼ ਗਿਵਨ ਦ ਕਮਾਂਡ ਟੂ ਲੁੱਕ ਆਫਟਰ ਦ ਸ਼ੀਪ ਆਫ ਜੀਸਸ, ਦ ਲੈਂਬਸ ਆਫ ਜੀਸਸ, ਪਤਰਸ ਨੂੰ ਹੁਕਮ ਮਿਲਦਾ ਹੈ ਕਿ ਉਹ ਪ੍ਰਭੂ ਦੀਆਂ ਭੇਡਾਂ ਦਾ ਖਿਆਲ ਰੱਖੇ, ਵੀ ਉਹਨਾਂ ਨੂੰ ਚਰਾਵੇ, ਵਾਈ ਯੂ ਰਿਮੈਂਬਰ ਹੀ ਹੈਜ਼ ਕਲੇਮ ਟੂ ਬੀ ਦ ਗੁੱਡ ਸ਼ੈਪਰਡ, ਉਹ ਇਸ ਕਰਕੇ ਸੀ ਕਿਉਂਕਿ ਪ੍ਰਭੂ ਨੇ ਕਿਹਾ ਸੀ ਕਿ ਉਹ ਇੱਕ ਚੰਗਾ ਚਰਵਾਹਾ ਹੈ, ਯੈਸ ਸ਼ੀਪ, ਉਸ ਦੀਆਂ ਭੇਡਾਂ ਹਨ, ਹੀ ਹੈਜ਼ ਲੈਮ, ਉਸ ਦੇ ਲੇਲੇ ਹਨ, ਹੀ ਇਜ਼ ਅਬਾਊਟ ਟੂ ਲੀਵ, ਉਹ ਜਾਣ ਵਾਲਾ ਹੈ ਛੱਡ ਕੇ, ਹੀ ਨੀਡਸ ਸਮ ਪੀਪਲ, ਉਸ ਨੂੰ ਕੁਝ ਲੋਕ ਚਾਹੀਦੇ ਹਨ, ਐਂਡ ਹੂ ਕੁਡ ਬੀ ਬੈਟਰ ਦੈਨ ਹੂ ਨਿਊ ਹਿਮ ਕਲੋਜ਼ਲੀ, ਉਹ ਇਸ ਤੋਂ ਚੰਗਾ ਕੀ ਹੋ ਸਕਦਾ ਹੈ ਕਿ ਜਿਹੜੇ ਉਸ ਨੂੰ ਆਲਰੇਡੀ ਜਾਣਦੇ ਹਨ, ਆਫਟਰ ਹੀ ਰਿਸੀਵਸ ਹਿਸ ਕਮਿਸ਼ਨ, ਜਦੋਂ ਉਸ ਨੂੰ ਉਸ ਦਾ ਹੁਕਮ ਮਿਲ ਗਿਆ, ਆਈ ਐਮ ਸ਼ੋਰ ਪੀਟਰ ਵਾਸ ਸੋਬਿੰਗ ਐਂਡ ਕ੍ਰਾਈਂਗ ਬਟ ਨਾਓ ਹੀ ਇਜ਼ ਰਿਜੋਇਸਿੰਗ ਇਨ ਦ ਲਾਰਡ, ਹੋ ਸਕਦਾ ਕਿ ਪਤਰਸ ਪਹਿਲਾਂ ਬਹੁਤ ਦੁਖੀ ਹੋਵੇ, ਰੋਇਆ ਹੋਵੇ, ਪਰ ਹੁਣ ਉਹ ਬਹੁਤ ਖੁਸ਼ ਹੈ, ਬਟ ਹਿਸ ਚਾਈਲਡ ਦੈਟ ਵਾਸ ਇਨ ਪੀਟਰ ਹੈਜ਼ ਨਾਟ ਗੋਨ ਅਵੇ ਫਰਮ ਹਿਮ, ਅਤੇ ਜਿਹੜਾ ਪਤਰਸ ਦਾ ਬਚਪਨਾ ਸੀ ਉਹ ਹਜੇ ਗਿਆ ਨਹੀਂ, ਸੋ ਹੀ ਟਾਕਸ ਅਬਾਊਟ ਜੌਨ, ਉਹ ਯਹੂਨਾ ਦੇ ਬਾਰੇ ਬੋਲਦਾ ਹੈ, ਯੂ ਨੋ ਦੇ ਵਰ ਆਲ ਦੇਅਰ, ਉਹ ਸਾਰੇ ਉੱਥੇ ਚੇਲੇ ਬੈਠੇ ਸੀ, ਵਰਸ 19 ਜੀਸਸ ਸੈਡ ਟੂ ਹਿਮ, 19 ਆਇਤ ਦੇ ਵਿੱਚ ਪ੍ਰਭੂ ਨੇ ਕਿਹਾ, After this, he said to Jesus said to Peter, follow me. ਇਸ ਤੋਂ ਬਾਅਦ ਪ੍ਰਭੂ ਨੇ ਕਿਹਾ ਕਿ ਮੇਰਾ ਪਿੱਛਾ ਕਰ, Now that I have restored you into fellowship, Now ਹੁਣ ਜੋ ਮੈਂ ਤੈਨੂੰ ਬਹਾਲ ਕਰ ਦਿੱਤਾ ਹੈ, And now that you are my commissioned disciple, ਹੁਣ ਤੂੰ ਮੇਰਾ ਭੇਜਿਆ ਹੋਇਆ ਇੱਕ ਚੇਲਾ ਹੈ, Leave everything behind, ਸਭ ਕੁਝ ਪਿੱਛੇ ਛੱਡ ਦੇ, Just follow me, ਮੇਰਾ ਪਿੱਛਾ ਕਰ, Peter is happy, ਪਤਰਸ ਬਹੁਤ ਖੁਸ਼ ਹੈ, But then he turns around, ਪਰ ਉਹ ਫਿਰ ਮੁੜਦਾ ਹੈ, verse 20 ਵੀ ਆਇਤ ਵਿੱਚ ਦੇਖੀਏ, ਦ ਵਨ whom Jesus loved, I know, I laugh at it all the time whenever I read it, because John is writing this, ਇਸ ਗੱਲ ਨੂੰ ਮੈਂ ਸੋਚ ਕੇ ਹੱਸਦਾ ਹਾਂ ਕਿਉਂਕਿ ਯਹੂਨਾ ਖੁਦ ਹੀ ਇਹ ਗੱਲ ਲਿਖ ਰਿਹਾ ਹੈ, and always he claims that Jesus who loves me the most, ਅਤੇ ਉਹ ਹਮੇਸ਼ਾ ਹੀ ਕਹਿੰਦਾ ਹੈ ਕਿ ਉਹ ਚੇਲਾ ਜਿਸ ਨੂੰ ਪ੍ਰਭੂ ਬਹੁਤ ਪਿਆਰ ਕਰਦਾ ਹੈ, Peter turns to John, and goes into what is called a whataboutery.
means what about this guy? What about that guy? ਉਸ ਗੱਲ ਦੇ ਵਿੱਚ ਪੈ ਜਾਂਦਾ ਹੈ ਕਿ ਉਹਦੇ ਬਾਰੇ ਕੀ, ਦੂਸਰੇ ਬਾਰੇ ਕੀ? And Jesus says to him, ਪ੍ਰਭੂ ਯਿਸੂ ਮਸੀਹ ਉੱਤੇ ਕਹਿੰਦੇ ਹਨ, well you forget about others, ਤੂੰ ਦੂਜਿਆਂ ਦੀ ਚਿੰਤਾ ਛੱਡ ਦੇ, you follow me, ਤੂੰ ਮੇਰਾ ਪਿੱਛਾ ਕਰ. Verse 22 please, 22 ਆਇਤ ਵਿੱਚ ਦੇਖੀਏ. Yeah, तुझे उससे क्या, what is that to you if I let him live? You follow me. तू मेरा पीछा कर. My dear friends, we are often also into what about me? What about this? What about that? What about him? What about her? मेरे दोस्तों, ऐसी आम तौर पे दूसरों की बहुत चिंता करते हैं कि उसके बारे की, दूसरे के बारे की है. Jesus asks us. प्रभु यीशु मसीह कहते हैं. The risen Lord, when we encounter him. असी जो सच्चे जिंदा परमेश्वर नु मिलते हैं. He demands. ਉਹ ਚਾਹੁੰਦਾ ਹੈ ਆਰ ਅਨਡਿਵਾਈਡਿਡ ਅਟੈਂਸ਼ਨ, ਉਹ ਸਾਡਾ ਬਹੁਤ ਆਪਣਾ ਧਿਆਨ ਜੋ ਹੈ ਸਾਨੂੰ ਚਾਹੁੰਦਾ ਹੈ ਕਿ ਅਸੀਂ ਉਸ ਵੱਲ ਦੇਈਏ. ਦੈਟ ਵੀ ਐਕਸਕਲੂਸਿਵਲੀ ਫਾਲੋ ਹਿਮ, ਕਿ ਅਸੀਂ ਸਿਰਫ ਉਸ ਦਾ ਹੀ ਪਿੱਛਾ ਕਰੀਏ. ਹਾਲੇਲੂਇਆ, ਹਾਲੇਲੂਇਆ. ਐਂਡ ਦੈਨ ਓਨਲੀ ਐਂਡ ਦੈਨ ਹਿਸ ਮਿਸ਼ਨ, ਹਿਸ ਕਮਿਸ਼ਨ ਔਨ ਆਰ ਲਾਈਫਸ ਵਿਲ ਬੀ ਫੁਲਫਿਲਡ. ਕੇਵਲ ਉਦੋਂ ਹੀ ਉਸ ਦਾ ਮਿਸ਼ਨ ਜੋ ਹੈ ਉਹ ਪੂਰਾ ਹੋਵੇਗਾ. ਆਰ ਯੂ ਸਟਿਲ ਲੁਕਿੰਗ ਐਟ ਅਦਰਸ, ਕੀ ਅਸੀਂ ਦੂਜਿਆਂ ਵੱਲ ਦੇਖਦੇ ਹਾਂ? ਔਰ ਆਰ ਯੂ ਰੈਡੀ ਟੂ ਫਾਲੋ ਹਿਮ ਵਿਦ ਆਲ ਦੈਟ ਯੂ ਹੈਵ? ਕੀ ਤੁਸੀਂ ਆਪਣੇ ਪੂਰੇ ਮਨ ਨਾਲ ਉਸ ਦਾ ਪਿੱਛਾ ਕਰਨਾ ਚਾਹੁੰਦੇ ਹੋ? ਬਾਈਬਲ ਸੇਜ਼ ਇਨ ਦ ਬੁੱਕ ਆਫ ਡਿਊਟਰੋਨੋਮੀ ਚੈਪਟਰ 6, ਡਿਊਟਰੋਨੋਮੀ ਦੀ ਕਿਤਾਬ ਦੇ ਵਿੱਚ ਬਾਈਬਲ 'ਚ ਲਿਖਿਆ ਹੈ, ਲਵ ਦ ਲਾਰਡ ਯੂਰ ਗੋਡ ਵਿਦ ਆਲ ਯੂਰ ਹਾਰਟ, ਵਿਦ ਆਲ ਯੂਰ ਮਾਈਂਡ ਐਂਡ ਵਿਦ ਆਲ ਯੂਰ ਸੋਲ. ਪਿਤਾ ਪਰਮੇਸ਼ਵਰ ਨੂੰ ਆਪਣੇ ਪੂਰੇ ਮਨ, ਆਪਣੇ ਪੂਰੇ ਜਾਨ ਦੇ ਨਾਲ ਤੁਸੀਂ ਪਿਆਰ ਕਰੋ. ਜੀਸਸ ਸੇਜ਼ ਟੂ ਪੀਟਰ, ਪ੍ਰਭੂ ਯਿਸੂ ਪਤਰਸ ਨੂੰ ਕਹਿੰਦੇ ਹਨ, ਜੀਸਸ ਸੇਜ਼ ਟੂ ਯੂ ਐਂਡ ਮੀ, ਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਤੇ ਸਾਨੂੰ ਵੀ ਕਹਿੰਦੇ ਹਨ, ਇਫ ਯੂ ਹੈਵ ਸੀਨ ਮੀ ਦ ਲਿਵਿੰਗ ਲਾਰਡ, ਜੇ ਤੁਸੀਂ ਮੈਨੂੰ ਸੱਚੇ ਜਿੰਦਾ ਪਰਮੇਸ਼ਵਰ ਨੂੰ ਦੇਖਿਆ ਹੈ, ਯੂ ਫਾਲੋ ਮੀ, ਤੁਸੀਂ ਮੇਰਾ ਪਿੱਛਾ ਕਰੋ. ਯੂ ਡੂ ਨਾਟ ਵਰੀ ਅਬਾਊਟ ਅਦਰਸ, ਤੁਸੀਂ ਦੂਜਿਆਂ ਦੇ ਬਾਰੇ ਚਿੰਤਾ ਨਾ ਕਰੋ. ਯੂ ਡੂ ਨਾਟ ਵਰੀ ਅਬਾਊਟ ਯੋਰ ਸਪਾਊਸ, ਤੁਸੀਂ ਆਪਣੇ ਪਤੀ ਪਤਨੀ ਦੀ ਚਿੰਤਾ ਨਾ ਕਰੋ. ਯੂ ਡੂ ਨਾਟ ਵਰੀ ਅਬਾਊਟ ਯੋਰ ਬ੍ਰਦਰਸ ਐਂਡ ਯੋਰ ਸਿਸਟਰਸ, ਤੁਸੀਂ ਆਪਣੇ ਭੈਣ ਭਰਾ ਦੀ ਚਿੰਤਾ ਨਾ ਕਰੋ. ਯੂ ਡੂ ਨਾਟ ਵਰੀ ਅਬਾਊਟ ਯੋਰ ਨੇਬਰ, ਤੁਸੀਂ ਆਪਣੇ ਗੁਆਂਢੀ ਦੀ ਚਿੰਤਾ ਨਾ ਕਰੋ. ਯੂ ਫਾਲੋ ਮੀ, ਤੁਸੀਂ ਮੇਰਾ ਪਿੱਛਾ ਕਰੋ. ਐਂਡ ਯੂ ਡੂ ਵਟ ਆਈ ਐਮ ਆਸਕਿੰਗ ਯੂ ਟੂ ਡੂ, ਤੇ ਤੁਸੀਂ ਉਹ ਕਰੋ ਜੋ ਤੁਸੀਂ ਮੈਂ ਤੁਹਾਨੂੰ ਕਹਿੰਦਾ ਹਾਂ. ਆਈ ਵਿਲ ਟੇਕ ਕੇਅਰ ਆਫ ਦ ਰੈਸਟ, ਅਤੇ ਬਾਕੀ ਚੀਜ਼ਾਂ ਦੀ ਮੈਂ ਖੁਦ ਚਿੰਤਾ ਕਰਾਂਗਾ. ਆਈ ਵਿਲ ਟੇਕ ਕੇਅਰ ਆਫ ਯੋਰ ਸਪਾਊਸ, ਮੈਂ ਤੁਹਾਡੇ ਪਤੀ ਪਤਨੀ ਦਾ ਵੀ ਖਿਆਲ ਰੱਖਾਂਗਾ. ਆਈ ਵਿਲ ਟੇਕ ਕੇਅਰ ਆਫ ਯੋਰ ਫੈਮਿਲੀ, ਮੈਂ ਤੁਹਾਡੇ ਪਰਿਵਾਰ ਦਾ ਖਿਆਲ ਰੱਖਾਂਗਾ. ਆਈ ਵਿਲ ਟੇਕ ਕੇਅਰ ਆਫ ਯੋਰ ਨੇਬਰਸ, ਮੈਂ ਤੁਹਾਡੇ ਗੁਆਂਢੀ ਦਾ ਖਿਆਲ ਰੱਖਾਂਗਾ. ਇਫ ਯੂ ਵੁੱਡ ਡੂ, ਜੇ ਤੁਸੀਂ ਇਹ ਕਰੋਗੇ, ਜਸਟ ਵਨ ਥਿੰਗ, ਇੱਕ ਗੱਲ ਕਰੋ, ਫਾਲੋ ਮੀ, ਮੇਰਾ ਪਿੱਛਾ ਕਰੋ. ਐਂਡ ਡੂ ਵਟ ਆਈ ਐਮ ਆਸਕਿੰਗ ਯੂ, ਤੇ ਜੋ ਮੈਂ ਕਹਿੰਦਾ ਹਾਂ ਤੁਸੀਂ ਉਵੇਂ ਹੀ ਕਰੋ. ਵੁੱਡ ਯੂ ਡੂ ਦੈਟ ਮਾਈ ਡੀਅਰ ਫਰੈਂਡ, ਕੀ ਤੁਸੀਂ ਮੇਰੇ ਦੋਸਤੋ ਇਸ ਤਰ੍ਹਾਂ ਕਰੋਗੇ?